ਉਹਨੂੰ ਕਦੀ ਨਵਾ ਵੀ ਲਿਆ ਕਰ ਹਰ ਵੇਲੇ ਮਹਿਲਾ ਕਚਾਲਾ ਫਿਰਦਾ ਰਹਿੰਦਾ ਮੈਂ ਬਸ ਕਹਿ ਦਿੰਦਾ ਪਹਿਲੇ ਮੇਰੇ ਪੁੱਤਰ ਦਾ ਵਿਆਹ ਹੋਏਗਾ ਬੇਵਕੂਫ ਮੈਂ ਕਹਿੰਦਾ ਮੇਰੇ ਪੁੱਤਰ ਦਾ ਵਿਆਹ ਹੋਏਗਾ ਔਰਤ ਜਿਹੜੀ ਹੁੰਦੀ ਬੰਦੇ ਦੇ ਪੈਰ ਦੀ ਜੁੱਤੀ ਹੁੰਦੀ ਹੈ ਤੂੰ ਮੇਰੇ ਪੈਰ ਦੀ ਜੁੱਤੀ ਹੈ ਮੇਰਾ ਦਿਲ ਕਰੇ ਪੈਰੀ ਪਾਵਾਂ ਮੇਰਾ ਦਿਲ ਕਰੇ ਮੋਚੀਆਂ ਦੇ ਦੇ ਦਿਆਂ ਉਹ ਕਿੱਲ ਠੋਕਦਾ ਰਵੇ ਵਾ ਵਾ ਔਰਤ ਪੈਰ ਦੀ ਜੁੱਤੀ ਹੁੰਦੀ ਤੇ ਖੁਸਰਾ ਪੈਰ ਦਾ ਜੋਗਰ ਹੁੰਦਾ ਤੁਸੀਂ ਹੁਣ ਮੈਨੂੰ ਨੌਕਰਾਂ ਦੇ ਸਾਹਮਣੇ ਡਾਂਟੋਗੇ ਹਾਂ ਤੁਸੀਂ ਹੁਣ ਮੈਂ ਝਿੜਕਾ ਪਾਵਾਂ ਮੈਂ ਜਿਹੜੇ ਤੂੰ ਪਰ ਕਟੇ ਰੱਖੇ ਨੇ ਨਾ ਇਹ ਮੈਂ ਖਿਲਾਰ ਦਿਆਂਗਾ ਫੜ ਕੇ ਇਹ ਤੁਹਾਡੀ ਪਹਿਲੀ ਬੁੱਢੀ ਵੀ ਇਹਨਾਂ ਗੱਲਾਂ ਤੋਂ ਮਰ ਗਈ ਏ ਮੈਂ ਦੂਸਰੀ ਵੀ ਮਾਰ ਦੇਣੀ ਏ ਹੋਰ ਮੇਰੇ ਡਾਂਟੋ ਤੇ ਹੁਣੇ ਤੇ ਲੜਨੀ ਨਹੀਂ ਮੈਂ ਜਾ ਸਾਹਿਬ ਜੀ ਪੈਰੀ ਪੈ ਜਾਓ ਤੁਸੀਂ ਇਕੱਲੇ ਘਰੋਂ ਕਰੀ ਇਹੋ ਹੀ ਆ ਕੇ ਚਿੱਟਿਆ ਹਾਂ ਉਹ ਸਾਹਿਬ ਜੀ ਚਲੇ ਗਏ ਨਾ ਚਲੇ ਗਏ ਉਹ ਸ਼ੁਕਰ ਹੈ ਯਾਰ ਓਏ ਉਹਨਾਂ ਦਾ ਤਾਂ ਗੁੱਸਾ ਹੀ ਬੜਾ ਸਖਤ ਹੈ ਸਹੀ ਗੱਲ ਗੁੱਸੇ ਦੇ ਬੜੇ ਵੱਡੇ ਸੂਰ ਨੇ ਸਾਹਿਬ ਜੀ ਹਾਂ ਉਹ ਦੱਸੋ ਯਾਰ ਨੇਕੀ ਦਾ ਤਾਂ ਕੋਈ ਜ਼ਮਾਨਾ ਹੀ ਨਹੀਂ ਕੀ ਹੋਇਆ ਮੈਂ ਬਾਹਰ ਜਾ ਕੇ ਇੱਕ ਬੰਦੇ ਨੂੰ ਪੁੱਛਿਆ ਮੈਂ ਕਿਹਾ ਜਨਾਬ ਫੁਹਾਰਾ ਚੌਂਕ ਕਿੱਥੇ ਅੱਛਾ ਉਹ ਮੇਰੇ ਹੱਥੀ ਚ ਉਹਨੇ ਫੁਹਾਰਾ ਫੜਾ ਕਹਿੰਦਾ ਚੌਂਕ ਆਪ ਲੱਭ ਲੈ ਦੱਸੋ ਕੋਈ ਨੇਕੀ ਦਾ ਜ਼ਮਾਨਾ ਨਹੀਂ ਲੱਭਾ ਚੌਂਕ ਕਿ ਨਹੀਂ ਚੌਂਕ ਵੀ ਨਹੀਂ ਲੱਭਾ ਬੰਦਾ ਫੁਹਾਰਾ ਹੀ ਫੜ ਕੇ ਬੈਠਾ ਰਿਹਾ ਉਹ ਜਾਣ ਦੇ ਓ ਬੀਬੀ ਜੀ ਆ ਗਏ ਸ਼ਰੀਫਾਂ ਚਾਬੀ ਵਾਲਾ ਟੀਕਾ ਲਵਾ ਕੇ ਆਈ ਇਹਦੀ ਅੰਮੀ ਵੀ ਗਈ ਚਾਬੀ ਵਾਲਾ ਟੀਕਾ ਲਵਾਉਣ ਨੂੰ ਮੈਂ ਸੱਲਾ ਵਾਲਾ ਲਾ ਤਾ ਆਹੋ ਤੇ ਇਹਦੀ ਅੰਮੀ ਵੀ ਗਈ ਚਾਬੀ ਵਾਲਾ ਟੀਕਾ ਲਾ ਉਹਨਾਂ ਨੇ ਤਾਲੇ ਵਾਲਾ ਲਵਾ ਦਿੱਤਾ ਹਾਂ ਸਹੀ ਗੱਲ ਹੈ ਵੇਖੋ ਕਿੰਨੀ ਖੂਬਸੂਰਤ ਬਦਤਮੀ ਕਿੱਡੇ ਸੋਹਣੇ ਹੋ ਤੁਸੀਂ ਗੋਰੇ ਚਿੱਟੇ ਕੀ ਬਾਤ ਹੈ ਸਾਡੇ ਨਸੀਬਾਂ 'ਚ ਇਹੋ ਜਿਹੀਆਂ ਸੋਹਣੀਆਂ ਬੀਵੀਆਂ ਕਦੋਂ ਸਾਡੀਆਂ ਬੁੱਢੀਆਂ ਪੀਲੀਆਂ ਅੱਖਾਂ ਖੱਟੇ ਦੰਦ ਵਾਰ ਕਿੱਥੇ ਚੱਲਿਆ ਖਾਮਦ ਦੀ ਰੂਹ ਹੀ ਮਰ ਜਾਂਦੀ ਹੈ ਇਹੋ ਜੀ ਬੀਵੀ ਸਵੇਰ ਉੱਠ ਕੇ ਅੰਗੜਾਈ ਲਵੇ ਖਾਮਦ ਸਾਰਾ ਦਿਨ ਫਰੈਸ਼ ਰਹਿੰਦਾ ਅੰਗੜਾਈ ਵੀ ਸੋਹਣੀ ਲੈਂਦੀ ਹੈ ਉਹ ਬੈੱਡ ਟੀ ਲੈ ਆਏ ਸਾਡੀਆਂ ਬੁੱਢੀਆਂ ਤੋਬਾ ਝਾਟਾ ਖਿਲ ਰਿਹਾ ਹੁੰਦਾ ਹੈ ਕੱਪੜੇ ਪਾਟੇ ਇੱਕ ਪਹੁੰਚਾ ਐ ਨੂੰ ਜਾਣ ਡਿਆ ਉੱਠਦੀ ਹੈ ਜੀ ਆਹ ਲਾਟ ਤੇ ਲਾਟ ਚੜ ਗਈ ਜੇ ਬੰਦਾ ਬੁੱਢੀ ਵੱਲ ਵੇਖੇ ਇਹ ਡਾਕਟਰ ਪਿੱਛੇ ਦੌੜੇ ਕਹਿੰਦਾ ਜੀ ਇਹੋ ਜੀ ਸੋਹਣੀ ਬੀਵੀ ਹੋਵੇ ਨਾ ਤੇ ਮੁੰਡਾ 4 ਵਜੇ ਦੁਕਾਨ ਬੰਦ ਕਰ ਦਿੰਦਾ ਕਰ ਤਾਲੇ ਲਾਓ ਵੀ ਅੱਬੇ ਨੇ ਸਖਤੀ ਕੀਤੀ ਘਰ ਜਾਣਾ ਨਹੀਂ ਤੇ ਜਿਸ ਬੰਦੇ ਦੀ ਬੀਵੀ ਕੋਝੀ ਹੋਏ ਇਹੋ ਜੇ ਮੂੰਹ ਵਾਲੀ ਉਹ ਰਾਤ ਦੇ 4 ਵਜੇ ਵੀ ਹੋਟਲ ਤੇ ਬਹਿ ਕੇ ਦੋਸਤਾਂ ਨੂੰ ਕਹਿੰਦਾ ਉਹ ਬਵੋ ਜੇ ਕਿਹੜਾ ਦਿਨ ਚੜ ਗਿਆ ਉਹ ਜਦੋਂ ਘਰ ਜਾ ਕੇ ਕੀ ਕਰਨਾ ਖੂਬਸੂਰਤ ਬੀਵੀ ਹੋਇਆ ਬੰਦਾ ਫਰੂਟ ਹੀ ਅੱਛਾ ਖਰੀਦਦਾ ਐਵੇਂ ਹੀ ਗੱਡੀ ਜਾ ਕੇ ਦੁਕਾਨ ਤੇ ਰੋਕ ਕੇ ਕਹਿੰਦਾ ਐ ਸੇਬ ਪੈਕ ਕਰ ਦਿਓ ਅੰਬ ਪੈਕ ਕਰ ਦਿਓ ਐ ਆੜੂ ਪੈਕ ਕਰ ਦਿਓ ਜਿਸ ਬੰਦੇ ਦੀ ਬੁੱਢੀ ਕੋਝੀ ਹੋਏ ਨਾ ਉਹ ਬੰਦਾ ਹੀ ਅਜੀਬ ਫਰੂਟ ਵਾਲੀ ਰੇਹੜੀ ਤੇ ਜਾ ਕੇ ਆ ਮੈਨੂੰ ਪਤਾ ਤੇਰੀ ਬਹੁਤ ਕੋਝੀ ਫਰੀਦੀ ਵਰਗੇ ਵਾਲ ਨੇ ਤੁਹਾਡੇ ਇਹ ਗੱਲ ਤਾਂ ਦੱਸੋ ਕੀ ਇਹ ਸ਼ਾਹਦ ਫਰੀਦੀ ਤਾਂ ਸ਼ਾਟਾ ਮਾਰਦਾ ਇਹ ਤੁਸੀਂ ਬੰਦੇ ਮਾਰਦੇ ਹੋ ਜਾ ਦਫਾ ਕਿਹੜੇ ਬੰਦੇ ਇਹ ਕਰਾਂ ਉਹਨੇ ਮੈਨੂੰ ਮਾਰਿਆ ਤੇ ਉਹ ਜਾਨੋਂ ਮਾਰ ਦਿੰਦੀ ਆ ਬਕਵਾਸ ਨਾ ਕਰੋ ਮੇਰੇ ਸਵਾਲ ਦਾ ਜਵਾਬ ਦਿਓ ਦੇਖੋ ਮੈਂ ਬਹੁਤ ਮਾਸੂਮ ਹਾਂ ਵਾਕੇ ਮਾਸੂਮ ਹੋ ਇਹ ਦੱਸੋ ਜਿਹੜਾ ਬੱਚਿਆਂ ਦਾ ਫੁੱਟਾ ਹੁੰਦਾ ਇਹਦੇ ਵਿੱਚ ਕਿੰਨੇ ਇੰਚ ਹੁੰਦੇ ਨੇ 12 ਇੰਚ ਤੁਸੀਂ ਕਾਹਦੇ ਮਾਸੂਮ ਹੋ ਤੁਹਾਨੂੰ ਤਾਂ ਇੰਚ ਇੰਚ ਦਾ ਪਤਾ ਹੈ ਵਾ ਵਾ ਬੱਲੇ ਨਹੀਂ ਮਾਸੂਮੇ ਹੋ 150 ਬੰਦਾ ਤੂੰ ਮੇਰੇ ਸਾਹਮਣੇ ਡਿਲੀਟ ਕੀਤਾ ਹੈ ਕਿਆ ਤੂੰ ਵੀ ਸਮਝਦਾਰ ਹੈ ਹਾਂ ਇੱਥੇ ਨਾ ਮਾਰਿਆ ਕਰੋ ਬੰਦੇ ਨੇ ਬਹਿਣਾ ਬੂਣਾ ਹੁੰਦਾ ਹੈ ਇਹ ਤੁਸੀਂ ਵੀ ਸਮਝਦਾਰ ਹੋ ਹਾਂਜੀ ਬੜਾ ਸਮਝਦਾਰ ਪੜੇ ਲਿਖੇ ਹੋ ਹਾਂਜੀ ਇਹ ਮੇਰੇ ਸਵਾਲ ਦਾ ਜਵਾਬ ਦਿਓ ਜੀ ਪੁੱਛੋ ਇਹ ਜਿਹੜੀ ਬੱਕਰੀ ਹੁੰਦੀ ਹੈ ਹਾਂ ਇਹ 4 ਸਾਲ ਤੋਂ ਬਾਅਦ ਕੀ ਹੁੰਦੀ ਹੈ ਬੱਕਰੀ 4 ਸਾਲ ਤੋਂ ਬਾਅਦ ਤੇਰੀ ਮਾਂ ਹੁੰਦੀ ਓ ਜਾ ਬੱਕਰੀ ਦੇ ਆ
ਡੰਡਿਆ ਕੁੱਤਾ ਮੂੰਹ ਨਾਲ ਮੱਖੀਆਂ ਭਰਨ ਡਿਆ। ਉਹ ਤੂੰ ਜੋ ਮਰਜ਼ੀ ਕਹਿ ਉਹ ਬੱਕਰੀ ਦਿਆ। ਉਹ ਮਾਂ ਤੇਰੀ ਬੱਕਰੀ, ਅੱਬਾ ਤੇਰਾ ਤੇ ਚੱਕੀ ਵਾਲਾ ਦੁੰਬਾ ਹੋਣਾ। ਉਹ ਠਹਿਰ ਜਾ, ਕਿਸੇ ਬੱਕਰੀ ਦਿਆ। ਉਹ ਮੇਰੇ ਸਵਾਲ ਦਾ ਜਵਾਬ ਦੇ। ਹਾਂ, ਆ ਜਿਹੜੀ ਬੱਕਰੀ ਹੁੰਦੀ ਆ 4 ਸਾਲ ਤੋਂ ਬਾਅਦ ਕੀ ਹੁੰਦੀ ਹੈ? ਇਹ ਮੈਨੂੰ ਪਤਾ ਤੇ ਨਹੀਂ, ਉਹਨੇ ਤੇ ਦੱਸਿਆ। ਕੀ ਹੁੰਦੀ ਹੈ? ਕੀ ਹੁੰਦੀ ਤੂੰ ਦੱਸ। ਮੈਨੂੰ ਨਹੀਂ ਪਤਾ। ਸਾਲਿਆ 5 ਸਾਲ ਦੀ ਹੁੰਦੀ ਏ। ਨਹੀਂ, ਭਾਵੇਂ 20 ਸਾਲ ਦੀ ਹੋਵੇ, ਹੁੰਦੀ ਤੇ ਤੇਰੀ ਮਾਂ। ਬੇਕੂ ਅਜੀ ਅਬ ਅਚਾਰ ਦੇ ਉਹ ਬੱਕਰੀ। ਅੱਛਾ ਮੇਰੀ ਗੱਲ ਸੁਣ, ਉਹ ਮੇਰੀ ਗੱਲ ਸੁਣ। ਇਹ ਜਦੋਂ ਸਰਦੀ ਹੁੰਦੀ ਏ, ਆਹੋ, ਉਦੋਂ ਤੇਰੀ ਅੰਮੀ ਨੂੰ ਚੋਲਾ ਕਿਉਂ ਚੜਾਉਂਦੇ ਨੇ? ਔਰ ਬੀਬੀ ਜੀ ਤੁਸੀਂ ਵੀ ਨਾਲ ਹੀ ਰਲ ਗਏ ਹੋ? ਤੇ ਨਾਲ ਰਲ ਗਿਆ, ਅਗਲੇ ਨੇ ਦੱਸਿਆ, ਸਾਨੂੰ ਕੀ ਪਤਾ? ਆ ਤੂੰ ਮਰਵਾਇਆ ਮੈਨੂੰ। ਖੈਰ ਜਾ, ਤੇਰੇ ਨਾਲ ਕਰਨੇ ਆ। ਹਾਂਜੀ, ਦੇਖੋ ਮੈਨੂੰ ਫਿਲਮਾਂ ਵਿੱਚ ਕੰਮ ਕਰਨੇ ਦਾ ਬਹੁਤ ਸ਼ੌਕ ਹੈ। ਅੱਛਾ ਜੀ, ਫਿਲਮਾਂ ਵਿੱਚ ਕੰਮ ਕਰਨ ਦਾ ਸ਼ੌਕ ਹੈ? ਬਿਲਕੁਲ। ਐ ਸੁਣਿਆ ਤੈਨੂੰ ਵੀ ਫਿਲਮਾਂ ਵਿੱਚ ਕੰਮ ਕਰਨ ਦਾ ਸ਼ੌਕ? ਬੜਾ ਸ਼ੌਕ ਹੈ ਯਾਰ। ਅਗਰ ਤੇ ਮੈਂ ਤਾਂ ਕਹਿੰਦਾ ਇਹਨੂੰ ਫਿਲਮ 'ਚ ਹੀਰਮਨ ਪਾ, ਤੇ ਮੈਨੂੰ ਇਹਦੇ ਨਾਲ ਹੀਰੋ ਪਾ, ਤੇ ਖੇਸ ਪਾ। ਅੱਛਾ, ਤੇ ਜੇ 6 ਮਹੀਨੇ ਫਿਲਮ ਉਤਰ ਗਈ, ਫਿਲਮ ਦਾ ਤਾਂ ਪਤਾ ਨਹੀਂ ਖੇਸ ਨਹੀਂ ਉਤਰਦਾ, ਤੇ ਤੇਰੇ ਨਾਲ ਮੈਂ ਬਦਰ ਮਦੀਨ ਨਾ ਪਾਵਾਂ? ਇਹ ਤਾਂ ਫਿਰ ਨਾ ਫਿਲਮ ਬਣਾਉਣ ਵਾਲੀਆਂ ਗੱਲਾਂ ਹੋਈਆਂ ਨਾ। ਅਗਰ ਤੇ ਤੈਨੂੰ ਸ਼ੌਕ ਹੈ, ਮੈਂ ਤੈਨੂੰ ਡਾਇਰੈਕਟ ਦੱਸਣਾ, ਡਾਇਰੈਕਟ ਬੋਲ ਕੇ ਵਹਾ, ਫੇਰ ਤੂੰ ਪਾਸ ਹੋਏਗਾ। ਦੱਸ ਡਾਇਰੈਕਟ, ਤੂੰ ਬੋਲਣਾ ਆ ਕੇ ਕਹਿਣਾ, ਜਗੀਰਦਾਰ ਸਾਹਿਬ ਦੱਸੋ ਮੇਰਾ ਪਿਓ ਕਿਹੜਾ? ਬਸ ਬਸ ਹੁਣ ਤੇਰਾ ਹੀ, ਹੁਣ ਤੇਰਾ ਹੀ। ਆ ਅੱਬਾ ਅੱਬਾ ਮੇਰਾ, ਇਹ ਮੇਰੀ ਅੰਮੀ, ਹੁਣੇ ਇਹਨੇ ਨੱਚਣਾ ਹੀ। ਦੱਸ ਤੁਸੀਂ ਤਿੰਨ ਇੰਜ ਕਰਦੇ ਹੋ, ਮੁੰਡੇ ਇੱਥੋਂ ਹੀ ਆਕੜੇ ਦਾ ਨੰਬਰ ਕੱਢ ਲੈਂਦੇ। ਉਹ ਕਹਿੰਦੇ ਵੀ ਕੁੜੀ ਨੇ 2 ਵਾਰ ਇੰਜ ਕੀਤਾ, 32-64 ਹੀ ਵੱਜਣਾ। ਆ ਤੇਰੇ ਚ ਵੈਗਨ ਵੱਜਣੀ, ਮੈਂ ਤਾਂ ਦੱਸ ਦਿੱਤਾ ਹੀ। ਆ ਜੀ ਬੀਬੀ ਜੀ, ਤੁਹਾਨੂੰ ਹੋਟਲ ਹੀ ਛੱਡ ਕੇ ਆਵਾਂ। ਹੋਟਲ ਹੀ ਕਾਲਜ। ਉਹ ਮਾਫੀ ਚਾਹਨਾ ਆ ਜੀ। ਵਾ ਵਾ ਜੇ ਮਾ ਖਾਲੀ ਨੇ ਫੇਰ ਭਰੀਆਂ। ਗਰੀਬ ਆਦਮੀ ਅਸੀਂ, ਸਾਡੇ ਕਿੱਥੇ ਮਰ ਗਿਆ? ਹੈਲੋ ਹੈਲੋ, ਕਿੱਥੇ ਮਰ ਗਿਆ? ਮੈਨੂੰ ਜ਼ਲੀਲ ਸਮਝਿਆ ਤੁਸੀਂ? ਹਾਂ ਮੈਂ ਤੇਰੇ ਵਾਸਤੇ ਬਗੈਰਤ ਆ, ਮੈਂ ਤੇਰਾ ਮਾਲਕ ਆ, ਕਰੋੜਪਤੀ ਆ, ਤੂੰ ਮੇਰਾ ਨੌਕਰ ਏ। ਤੂੰ ਕਰੋੜਪਤੀ ਨਹੀਂ, ਮੈਂ ਤੇਰੀ ਮਾਂ ਦਾ ਪਤੀ ਆ। ਸ਼ਟ ਅਪ, ਯੂ ਆਰ ਦੀ ਮਾਊਥ। ਬਕਵਾਸ ਨਾ ਕਰ, ਕਰੋੜਪਤੀ ਆਦਮੀ ਆ, ਤੇਰਾ ਮਾਲਕ ਆ, ਜਾ ਮੇਰੇ ਵਾਸਤੇ ਸ਼ਿਕਵੰਜੀ ਲੈ ਕੇ ਆ। ਹੈਲੋ, ਉਹ ਮੈਂ ਤੈਨੂੰ ਮਾਲਕ ਮੰਨਦਾ ਹੀ ਨਹੀਂ, ਤੇਰਾ ਮੂੰਹ ਹੀ ਨਹੀਂ ਮਾਲਕਾਂ ਵਾਲਾ। ਫਿਰ ਮੈਨੂੰ ਬਣਵਈਆ ਮੰਨੀ ਜਾ। ਕਿਹੜਾ ਪਨਵਈਆ? ਜੋ ਰਿਸ਼ਤਾ ਹੋਵੇ ਦੱਸਣਾ ਚਾਹੀਦਾ, ਕਿਉਂ ਸੂਫੀ ਬੰਦਾ ਕੂੜ ਕਿਉਂ ਮਾਰੇ? ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ, ਮੈਂ ਤੇਰਾ ਮਾਲਕ ਆ। ਚੱਲ ਚੱਲ, ਤੂੰ ਨਹੀਂ ਮਾਲਕ। 5000 ਫੱਟ ਮਿਨਰਲ ਵਾਟਰ ਲੈ ਕੇ ਆ। ਕੀ ਕਰਨਾ? ਮੈਂ ਨਾਉਣਾ ਹੈ, ਜਾ। ਜੀਓ ਤੇਰੇ, ਤੂੰ ਤਜ਼ਾਬ ਨਾਲ ਨਹਾ, ਸ਼ਾਇਦ ਥੱਲਿਓਂ ਚਿੱਟਾ ਨਿਕਲੇ। ਤੈਨੂੰ ਨਹੀਂ ਪਤਾ ਮੈਂ ਤੇਰਾ ਮਾਲਕ ਆ, ਕਰੋੜਪਤੀ ਆਦਮੀ ਆ, ਬੇਵਕੂਫਾ। ਮੈਂ ਨਹੀਂ ਮੰਨਦਾ ਤੈਨੂੰ ਕਰੋੜਪਤੀ। ਤੈਨੂੰ ਮੰਨਣਾ ਪਏਗਾ। ਨਹੀਂ ਮੰਨਾਂਗਾ। ਮੇਰੇ ਕੋਲ ਪੈਸਾ ਹੈ, ਪੈਸਾ ਤੈਨੂੰ ਆਪੇ ਮਨਾਵੇਗਾ। ਓਏ, ਹਰ ਬੰਦਾ ਪੈਸੇ ਤੇ ਵਿਕਣ ਵਾਲਾ ਨਹੀਂ ਹੁੰਦਾ। ਫਿਰ ਇਸ ਗੱਲ ਨੂੰ ਵੇਖਣਾ ਹੀ। ਹਾਂ, ਆ ਸਾਹਮਣੇ ਕੀ ਏ? ਇਹ ਸਪੀਕਰ ਏ। ਤੂੰ ਹੁਣੇ ਮੰਨੇਗਾ ਪਾਣੀ ਵਾਲਾ ਕੂਲਰ ਏ। ਕਦੀ ਵੀ ਨਹੀਂ ਮੰਨਾਂਗਾ, ਇਹ ਸਪੀਕਰ ਏ। ਤਲੀ ਕੱਟ, ਅਲ ਜ਼ੁਬਾਨ ਕੱਟ, ਪੈਸੇ ਗਿਣਨ ਵਾਲੀ। ਤੇ ਕਿਹੜੀ ਹੈ? ਇਹ ਚੁਗਲੀਆਂ ਵਾਲੀ ਹੈ। ਜ਼ੁਬਾਨ ਕੱਟ, ਅਲ ਚੁੱਪ ਰਹੋ। ਤੇਰੇ ਹੋ ਗਿਆ ਕੀ ਹੈ? ਇਹ ਪਾਣੀ ਵਾਲਾ ਕੂਲਰ ਏ। ਹਾਲੀ ਗੰਦੀ ਟੂਟੀ, ਤੂੰ ਤੇਰੀ ਸਿਸਟਰ ਪਾਣੀ ਪੀਵੇਗੀ। ਨਹੀਂ ਨਹੀਂ ਸ਼ਕੀਲ ਸਾਹਿਬ, ਇਹ ਨਹੀਂ ਹੋ ਸਕਦਾ, ਇਹ ਗਲਤ ਕਹਿ ਰਿਹਾ, ਇਹ ਨਹੀਂ ਹੋ ਸਕਦਾ। ਪੀਵੇਗੀ? ਨਹੀਂ ਪੀਵੇਗੀ। ਤਲੀ ਕੱਦ, ਪੀਏਗੀ ਪਾਣੀ? ਮੇਰੀ ਅੰਮੀ ਵੀ ਪੀਵੇਗੀ। ਮੈਂ ਤੇਰੀ ਭੈਣ ਨੂੰ ਮੰਗਾਇਆ, ਮਟੀਰੀਅਲ ਨਹੀਂ ਮੰਗਾਇਆ। ਮਟੀਰੀਅਲ?
ਮੈਨੂੰ 0 ਮੀਟਰ ਮਾਲ ਚਾਹੀਦਾ ਹੈ, ਸਕ੍ਰੈਪ ਮਾਲ ਨਹੀਂ। ਸਾਡਾ ਪੂਰਾ ਟੱਬਰ ਪੀਵੇਗਾ। ਪੀਵੇਗਾ ਐ ਕੀ ਏ? ਇਹ ਕਲੀਨ ਏ। ਤੂੰ ਹੁਣੇ ਮੰਨੇ ਇਹ ਪਾਪੜ ਏ। ਓਏ ਅੰਨਿਆਂ ਨੂੰ ਵੀ ਨਜ਼ਰ ਆਉਂਦਾ ਏ ਕਲੀਨ ਏ। ਤਲੀ ਕੱਟ। ਅੱਲਾ ਇਹ ਕੀ ਏ? ਇਹ ਪਾਪੜ ਏ। ਵੈਰੀ ਗੁੱਡ। ਤੇਰਾ ਪਿਓ ਤੇਰਾ ਮਾਮਾ ਏ। ਸਵਾਲ ਹੀ ਨਹੀਂ ਪੈਦਾ ਹੁੰਦਾ, ਏਡਾ ਤੇ ਬਗੈਰਤ ਮੈਂ ਹੈ ਹੀ ਨਹੀਂ। ਮੇਰਾ ਪਿਓ ਤੇਰਾ ਮਾਮਾ ਏ। ਮੇਰਾ ਪਿਓ ਮੇਰਾ ਅੱਬਾ ਏ। ਤੜੀ ਕੱਢ। ਕਦੀ ਵੀ ਨਹੀਂ ਕੱਢਾਂਗਾ। ਜੇਬ ਕੱਢ। ਨਹੀਂ। ਪਿਓ ਤੇਰਾ ਕੀ ਏ? ਕਿੰਨੇ ਪੈਸੇ ਈ? 6000 ਈ। ਮਾਮਾ ਏ। ਜੋ ਰਿਸ਼ਤਾ ਹੋਵੇ ਦੱਸਣਾ ਚਾਹੀਦਾ। ਸੂਫੀ ਸਾਹਿਬ ਬੰਦਾ ਕੂੜ ਕਿਉਂ ਮਾਰੇ? ਐ ਗੱਲ ਏ। ਹਾਂ ਓਏ 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 ਚੋਰੀ ਮੱਝਾਂ ਚੁੰਗਣ ਵਾਲਿਆ। ਇਹ ਤੁਹਾਡੀਆਂ ਮੱਝਾਂ ਦੱਸ ਛੱਡਦੀਆਂ ਨੇ। ਉਹ ਰਾਤੀ ਸੰਡਾ ਸੀ। ਮੈਂ ਅੱਗੇ ਕਹਿੰਦਾ ਫਿੱਕਾ ਕੰਮ ਕਿੱਥੋਂ ਸ਼ੁਰੂ ਹੋ ਗਿਆ? ਜਾ ਮੇਰੇ ਵਾਸਤੇ ਸ਼ਿਕਵੰਜੀ ਲੈ ਕੇ ਆ। ਓ ਸ਼ਿਕਵੰਜੀ ਨਹੀਂ ਹੁੰਦੀ, ਸ਼ਿਕੰਜਵੀਨ ਹੁੰਦੀ ਏ। ਤੇਰੀ ਵੀਨ ਹੁੰਦੀ ਉਸੀ ਮੇਰੀ ਵੰਜੀ ਏ। ਜਾ ਲੈ ਕੇ ਆ ਸ਼ਿਕੰਜਵੀਨ। ਜਾ ਲੈ ਕੇ ਆ ਜੋ ਮਰਜ਼ੀ ਸ਼ਿਕਵੰਜੀ, ਜਿਹੜੀ ਵੀ ਲੈ ਕੇ ਆ। ਜੀ ਮੈਨੂੰ ਜੀ ਨਹੀਂ ਆਖਣਾ, ਮੈਨੂੰ ਅਲਰਜੀ ਹੋ ਜਾਂਦੀ ਏ। ਕੀ ਮੈਨੂੰ ਹੋਇਆ? ਨਹੀਂ ਕਹਿ ਸਕਦੀ ਮੈਂ ਤਾਂ ਨਾ, ਪਿਆਰ ਹੀ ਬੜਾ ਕਰਨੀ ਆ ਮੂੰਹ ਤੇ। ਜੀ ਮੈਂ ਕਰੋੜਪਤੀਆਂ ਜੋ ਮੈਂ ਆਖਣਾ ਹੋਣਾ ਕਹਿ ਓਏ। ਬੜੀ ਦੌਲਤ ਤੇਰੇ ਕੋਲ ਹੋਣ ਕੋ ਆ ਹੋਏ। ਸਬਰ ਰੱਖ ਕਹਿ ਓਏ। ਨਹੀਂ ਕਹਿ ਸਕਦੀ ਨਾ, ਮੈਂ ਪਿਓਰ ਹੀ ਬੜਾ ਕਰਨੀ ਆ। ਤੜੀ ਕੱਢ। ਕੀ ਸਿਰਫ ਪੈਸੇ ਦੇਣੇ ਨੇ? ਸੂਫੀ ਬੰਦਾ ਕੂੜ ਕਿਉਂ ਮਾਰੇ ਯਾਰ? ਖਬਰਦਾਰ ਖਬਰਦਾਰ, ਅਗਰ ਅੱਜ ਸੂਫੀ ਨੂੰ ਕੋਈ ਗੱਲ ਕੀਤੀ ਤੇ। ਕਿਉਂ? ਸੂਫੀ ਸਾਹਿਬ ਬਹੁਤ ਖੁਸ਼ ਨੇ। ਕਿਉਂ ਜਨਾਬ? ਰਾਤ ਦਾ ਮਸੀਤ ਦਾ ਸੀਮਟ ਵੇਚਿਆ। ਮੂਦੇ ਜੀ ਨਾ ਕਰਿਆ ਕਰੋ ਨਾ ਇੰਜ। ਤਲੀ ਕੱਟ। ਜੀ ਤਲੀ ਕੱਟ। ਹੈਲੋ। ਓਏ ਆਖ, ਓਏ ਆਖ। ਮੂਦੇ ਜੀ ਓਏ। ਪਹਿਲਾ ਬੰਦਾ ਜਿਹੜਾ ਪੈਸੇ ਦੇ ਕੇ ਬਿਸਤੀ ਕਰਾਉਣ ਦਿਆ, ਜ਼ਲੀਲ ਕਮੀਨਾ ਕੁੱਤਾ, ਬਗੈਰਤ ਚਵਲ ਚੰਗੜ ਰੰਗੜ ਲਿਆ। ਇਹਦੇ ਠੀਪੇ ਬਣਦੇ ਨੇ, ਉਹ ਮੇਰੇ ਕੋਲ ਆਇਆ ਨਹੀਂ ਨੇ। ਟਾਈਮ ਕੱਟ ਕੇ ਅਗਰ ਅੰਦਰ ਹੀ ਪਹੁੰਚਾ ਦੇ। ਅੰਦਰ ਕਿੱਥੇ ਪਹੁੰਚਾ ਦੇ? ਬਗੈਰਤਾ ਇੰਨੀ ਜਲਦੀ ਆ ਤੈਨੂੰ? ਮੂਦੇ ਜੀ ਦੇਖੋ ਨਾ, ਮੈਂ ਤੁਹਾਡਾ ਪਿਆਰ ਕਿੰਨਾ ਕਰਨੀ ਆ ਨਾ। ਇਹ ਕੁਰਸੀਆਂ ਚਾਈਵਾਂ ਨਾ ਰੋਂਦੀਆਂ ਨੇ, ਇੱਥੇ ਕਿਤੇ ਰਾਖ ਛੱਡੋ, ਕੱਟੀ ਆਉਂਦੇ ਨੇ ਟਿਕਟਾਂ। ਹਾਲ ਫੁੱਲ ਹੋ ਗਿਆ, ਬਾਕੀ ਡੈਵੋ ਦੀਆਂ ਕੱਟੀ ਆਓ। ਆ ਸਮਝਦਾ ਨਾ ਐਵੇਂ ਹੁਣ ਫਜ਼ੂਲ। ਅੱਛਾ ਗੱਲ ਸੁਣ। ਹਾਂ ਜੀ। ਕੀ ਚਾਹਨੀ ਐ ਤੂੰ? ਮੈਂ ਪਿਆਰ ਹੀ ਬੜਾ ਕਰਨੀ ਐ ਤੇਰੇ ਨਾਲ। ਪਿਆਰ ਕਿਉਂ ਕਰਨੀ ਐ ਮੇਰੇ ਨਾਲ? ਕੀ ਮਤਲਬ ਐ ਇਹ ਪਿਆਰ? ਕੀ ਐ ਪਿਆਰ ਦਾ ਐਂਡ ਕੀ ਐ? ਪਿਆਰ ਦਾ ਐਂਡ ਸ਼ਾਦੀ, ਵਿਆਹ। ਤੇ ਉਹ ਹੀ ਕਰ ਲਿਆ ਕਰੋ ਡੂਠ ਮੈਨਾਂ, ਪਿਆਰ ਚ ਐਵੇਂ ਜ਼ਾਇਆ ਕਰਨਾ ਹੁੰਦਾ ਐ। ਸ਼ਾਦੀ ਕਰੋ, ਲੇਕਿਨ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰ ਸਕਦਾ। ਮੇਰੇ ਮਾਂ ਪਿਓ ਨੇ ਮੇਰੀ ਸ਼ਾਦੀ ਕਰਾਚੀ ਤੈਅ ਪਾਈ ਏ। ਸੇਠ ਫਰਾਜ਼ ਦਾਣੇ ਵਾਲਾ ਕਰੋੜਪਤੀ, ਉਹਦੀ ਇੱਕ ਭੈਣ ਐ ਕੌਸਰ ਮੁੰਜੀ ਵਾਲੀ, ਉਹਦੀ ਬੇਟੀ ਏ ਜ਼ਰਸ਼ਾ। ਉਹਦੇ ਨਾਲ ਮੇਰੀ ਸ਼ਾਦੀ ਹੋ ਰਹੀ, ਤੇਰੇ ਨਾਲ ਨਹੀਂ ਹੋ ਸਕਦੀ। ਨੂੰ ਬਣਨਾ? ਆਈਡੀਆ ਆ ਗਿਆ, ਵੈਰੀ ਗੁੱਡ। ਤੂੰ ਮੇਰੇ ਛੋਟੇ ਭਰਾ ਨਾਲ ਸ਼ਾਦੀ ਕਰ ਲਾ, ਇਸ ਘਰ ਦੀ ਨੂੰਹ ਵੀ ਬਣ, ਮੈਂ ਵੀ ਇੱਥੇ ਹੀ ਹੋਣਾ। ਮੈਂ ਕਿੱਥੇ ਮਰ ਜਾਣਾ ਹੈ? ਮਨ ਤਾਂ ਸਹੀ, ਤੂੰ ਸ਼ਾਦੀ ਤਾਂ ਕਰ, ਅੱਗੇ ਵੇਖੀ ਜਾਤੀ। ਪਿਆਰ ਤਾਂ ਮੈਂ ਤੇਰੇ ਨਾਲ ਕਰਨੀ ਆ। ਅੱਛਾ ਤੇ ਹੁਣ ਕੀ ਚਾਹਨੀ? ਮੇਰਾ ਖਿਆਲ ਹੈ ਕਿ ਤੂੰ ਮੁਕਰਨ ਲੱਗਾ ਹੈ। ਮੇਰੀ ਤੇਰੀ ਸ਼ਾਦੀ ਦੀ ਗੱਲ ਅੰਮੀ ਨੇ ਬਚਪਨ 'ਚ ਤੈਅ ਕੀਤੀ ਹੈ। ਉਦੋਂ ਮੈਨੂੰ ਕਿਸੇ ਕੰਮ ਦਾ ਨਾ ਪਤਾ, ਹੁਣ ਮੈਂ ਸਿੱਖ ਲਿਆ। ਮੈਨੂੰ ਹੁਣ ਸਾਰਾ ਪਤਾ, ਮੈਂ ਉੱਤੇ ਕਰਨੀ ਜਾ, ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰ ਸਕਦਾ। ਮੈਂ ਵੀ ਕਰ ਲੈਣੀ ਆ ਚਾਚੇ ਦੇ ਨਾਲ ਗੱਲ, ਲੇਕਿਨ ਚਾਚਾ ਜੀ ਦੇ ਨਾਲ ਗੱਲ ਕਿਵੇਂ ਕਰਾਂ? ਚਾਚਾ ਜੀ ਦੀ ਸਵੇਰ ਦੀ ਤਬੀਅਤ ਹੀ ਖਰਾਬ ਹੈ, ਜੀ ਬਹੁਤ ਗਰੀਬ ਜੀ ਬੋਲਾ ਕਰਨ ਲੱਗਿਆ ਹੈ। ਤਬੀਅਤ ਆਪੇ ਹੀ ਖਰਾਬ ਹੋਣੀ ਹੈ, 12-12 ਮੂਲੀਆਂ ਖਾ ਜਾਂਦਾ ਹੈ। ਓਏ ਅੰਦਰ ਕੌਣ ਕੌਣ ਹੈ? ਮੈਂ ਤੇ ਖੁਸਰਾ ਦਰ ਫਿੱਠੇ ਮੂੰਹ। ਅਸਲਾਮ ਅਲੈਕਮ ਭਾਈ ਜਾਨ। ਵਾਲੇਕਮ ਸਲਾਮ। ਹਾਲ ਕਾਜੀ ਤਬੀਅਤ ਲੋ ਸੁਨਿਆਰਾ ਤੇਰੇ ਘਰ ਆ ਗਿਆ। ਇਹ
तू मैनू धक्के मारे हुण नहीं तू बचेगा। ए नहीं ए नहीं। ओए अखबार वेख काका, आ खबर पढ़। ओए होए होए होए, बस दे थले नौ बंदे आ गए, अखबार पुठी छत ते बैठे ने। हुसरे ने सी एन जी लगवा ली, दफा करा किथे बेचारा उत्थे केटल मकाउंदा फिर से। ए तेरे घर वाजे सुनियारा आ गया, आ खबर पढ़ उतली। अरे वाह, फैसलाबाद कपड़े फैक्ट्री का मालक नंगा गिरफ्तार। तेरी अपनी फैक्ट्री है भी तू एक सलियारा आ गया तेरे घर, चल के सुई गैस दे चूल्हे ठीक करा ला मेरे को। बकवास ना करो जनाब, कितू आए हो? ए मैं जड़ा आले आया। जड़ा आले ओ फैसलाबाद दे नाल। आ लैलपुर फैसलाबाद दे नाल। क्या बात है, फैसलाबाद भी ऐसा है कि उत्थे ओनी फसल नहीं हुंदी जिन्नियां जुगतां हुंदियां। ओबा एक बाबा जी मैनू उत्थे मिले, मैं कहा बाबा जी की हाल है, तू दवाई लैके देनी चल कह चल। ओ मैं वड्डी बस च बह गया, दो वाली सीट, एक कल्ला बंदा बैठा। हाँ मैं कहा बाजी थोड़ी जी तकलीफ करना, कहिंदा उई ठीक है। फैसलाबाद फैसलाबाद बड़ी बड़ी जुगत। मैं एक माई ने पूछा, मैं क्या मां जी ए सड़क मैनू हस्पताल लै जाएगी? कहिंदी नहीं बेटा, रक्षा करवाना पड़ेगा। बड़ी बड़ी जुगत होंगी। मेरे एक दोस्त का प्यो मर गया। अच्छा, ओदा प्यो दी लाश पई। मैं कहा तेरा प्यो मर गया? हाँ। और लूमा दे रात ला गया है। बड़ी बड़ी जुगत उथे काका हुंदी आ। ए पाकिस्तान है, पाकिस्तान दियां खैरां, पाकिस्तान जिंदाबाद। आ पाकिस्तान, आई लव यू। साडे पाकिस्तान दे लोगां नूं कोई परेशानी नहीं आ सकदी, अल्लाह दी रहमत नाल वेले दे हैगे ने। बिल्कुल। ए पाकिस्तान एक भरा बाहर गया, चार भरावां ने ढिड वधाए ने, मूंह च पान पा के ओहदी मशहूरी कर दी। वड्डा दुबई हुंदा है पुरच। ਇਹਨਾਂ ਮਸਕੀਨਾਂ ਨੂੰ ਨਹੀਂ ਪਤਾ ਕਿਸੇ ਦੀ ਗੱਲ 'ਚ ਬੋਲਣਾ ਕਿ ਨਹੀਂ ਬੋਲਣਾ। ਹੱਕ। ਇੱਕ ਬੰਦਾ ਰੇੜੀ ਤੋਂ ਅੰਬ ਲੈ ਰਿਹਾ, ਇੱਕ ਸਾਈਕਲ 'ਤੇ ਲਾਗੋ ਦੀ ਲੰਘਦਾ, ਛਾਪ ਡਬਲ ਕਰਾ ਲਈ। ਆਬਾਦ ਬੰਦਿਆਂ ਨੂੰ ਘਰ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ। ਆਹ ਕਿੱਥੇ ਚਾਰ ਬੰਦੇ ਤਾਸ਼ ਖੇਡਦੇ ਹੁਣ, ਫਜ਼ੂਲ ਹੀ ਬੈਠੇ ਰਹਿਣਾ। ਬੋਲਾਂ ਨਾ ਸੁੱਟੀ ਉਹਨੂੰ ਲੱਗਦਾ ਹੀ, ਓਏ ਉਹਨੂੰ ਲੱਗਦਾ ਤੂੰ ਤੇ ਕੰਮ ਤੇ ਜਾ। ਸਵੇਰੇ ਸਵੇਰੇ ਉੱਠਣਾ ਤੇ ਲੱਸੀ ਪੀ ਲੈਣੀ, ਮਤ ਤੇ ਸਾਰਾ ਦਿਨ ਵੱਜੀ ਰਹਿਣੀ ਹੈ। ਜੇ ਅਸੀਂ ਆਈ ਗੱਡੀ 'ਚ ਬਹਿ ਜਾਓ, ਤੁਸੀਂ ਇੰਜ ਕਰਕੇ ਸੋਚ ਨੂੰ ਛੇੜੋ ਛੇੜੋ, ਪਿੱਛੇ ਮੁੜ ਕੇ ਵੇਖੋ ਸਾਰੇ ਲੱਗੇ। ਡੈਮੋ ਵਾਲੇ ਕਹਿੰਦੇ ਕੰਪਨੀ ਬੰਦ ਕਰ ਦੇਣੀ। ਅੱਛਾ, ਇੱਕ ਬੰਦਾ ਗਲਾਸ ਕੱਢਦਾ ਸਾਰੇ ਕੱਢ ਲੈਂਦੇ, ਮੁੜ ਕੇ ਇਹੋ ਜਿਹੀ ਗੈਸ ਛੱਡਦੇ ਨੇ ਨਾਲ ਦੇ ਨੂੰ, ਕਹਿੰਦੇ ਡੈਮੋ 'ਚੋਂ ਵੀ ਬੋਲ ਆਉਣ ਲੱਗ ਪਈ ਹੁਣ। ਪਾਕਿਸਤਾਨ ਆ ਕਾਕਾ। ਅੱਛਾ ਆਏ ਕਿਹੜੇ? ਵੇਖ ਲਾ ਹੁਣ ਕਾਕਾ, ਹੈਲਮਟ ਦਾ ਵੀ ਕਿਸੇ ਦੇ ਮੂੰਹੋਂ ਨਿਕਲਿਆ। ਆ ਹੈਲਮਟ ਕੇ ਹੈਲਮਟ ਪਾਓ, ਨਹੀਂ ਤਾਂ ਚਲਾਨ ਹੋ ਜਾਏਗਾ। ਆ ਬਈ ਪਾਕਿਸਤਾਨ 'ਚ ਬੜਾ ਫਾਇਦਾ ਹੋਇਆ। ਕਿਵੇਂ? ਜਿਹਦੇ ਪੈਸੇ ਦੇਣੇ ਉਹਦੇ ਸਾਹਮਣੇ ਫਿਰੀ ਜਾਓ, ਇੱਥੇ ਕੋਈ ਨਹੀਂ ਪੁੱਛਦਾ। ਆਏ ਕਿਤੇ ਹੋ? ਇਹ ਮੈਂ ਜਨਾਬ ਇੱਥੇ ਰਿਸ਼ਤਾ ਕਰਨ ਆਇਆ। ਲੈ ਤੁਸੀਂ ਦੱਸਿਆ ਹੀ ਨਹੀਂ, ਇੰਨੀ ਦੇਰ ਨਾਲ ਬੈਠੋ ਦੱਸਿਆ ਹੀ, ਬਾਲੇ ਦੱਸੋ ਤੁਸੀਂ ਬੱਚੀ ਲੈ ਕੇ ਆਏ ਹੋ? ਉਹ ਝੰਗ ਤੇ ਲਈ ਆ ਮਿਕਸ ਜੀ। ਇਹ ਕੀ ਕਹੀ ਜਾਣਾ, ਕਿਹੜੀ ਬੱਚੀ? ਖਾਣਾ ਪੀਣਾ ਕੀ ਦੇ? ਆ ਜੋ ਮਰਜ਼ੀ ਮੰਗਾ ਲਾ ਮੁੰਡਿਆ, ਜੂਸ ਪਿਉਂਦਾ ਤੁਹਾਨੂੰ। ਆ ਲਿਆ, ਆ ਲਿਆ ਜੀ ਜਰਾ ਮਲਕ ਸ਼ੇਖ। ਓਏ ਮੈਂ ਕੱਲਾ ਬੰਦਾ, ਓਏ ਕੱਲਾ ਬੰਦਾ, ਠੀਕ ਚੀਜ਼ ਮੰਗਾ। ਆ ਸੱਤੂ ਲੈ ਆਓ, ਇਹ ਥੋੜੇ ਹੋਣੇ ਨੇ, ਅੱਠੂ ਵੀ ਲੈ ਆਓ। ਓ ਯਾਰ ਤੈਨੂੰ ਮੈਂ ਕਹਿੰਦਾ ਮੇਰੇ ਨਾਲ ਕੋਈ ਮੌਕਲ ਨਹੀਂ ਹੈਗਾ, ਮੈਂ ਕੱਲਾ। ਫਿਰ ਬੋਤਲ ਪੀ ਲਓ। ਆ ਲਿਆ, ਆ ਬੋਤਲ ਲੈ ਆਓ, ਕੋਕੋ ਕੋਲਾ ਦੀ ਨਾ ਮਿਲਿਆ ਤਾਂ ਠੋਕੋ ਕੋਲਾ ਦੀ ਲੈ ਆਓ। ਇਹ ਮੇਰੀ ਤਰਫੋਂ ਤੂੰ ਮਿਲੀ, ਮੈਂ ਜੜਾਂ ਵਾਲੇ ਵਾਪਸ ਚੱਲ ਜਾਂਦਾ। ਮੈਨੂੰ ਤੁਸੀਂ ਆਪਣਾ ਪੋਤਰੀ ਸਮਝੋ, ਕੀ ਕਰਦੇ ਹੋ? ਇਹ ਤੂੰ ਹੀ ਮੈਨੂੰ ਦੱਸਣਾ, ਮੈਨੂੰ ਪਕਾ ਪਤਾ ਨਹੀਂ। ਕਦੀ ਕਦੀ ਮੈਂ ਤੁਹਾਡੀ ਬੱਚੀ ਨੂੰ ਖੁਸ਼ ਤੇ ਫਿੱਟ ਰੱਖਾਂ। ਬਗੈਰ ਤਾਂ ਉਪਰੇ ਜੇ ਨੈਣ ਨੈਣ ਛਲਾ ਕੇ ਮੇਰੇ ਤੇ ਬੱਚੀ ਪਾਤੀ ਹੋ। ਉਹ ਮੈਂ ਆਪਣੇ ਪੁੱਤਰ ਦਾ ਵਿਆਹ ਕਰਨ ਆਇਆ, ਗੁੱਲੂ ਦਾ ਵਿਆਹ ਹੋਣਾ ਕਲਸੂਮ ਦੇ ਨਾਲ। ਅੱਛਾ ਮੈਂ ਸਮਝਿਆ, ਮੇਰੇ ਵਾਸਤੇ ਬੱਚੀ ਲੈ ਕੇ ਆਏ ਤੇ ਮੇਰੀ ਬਹਿਣ ਲੈਣ ਆਏ ਨੇ। ਕੁਛ ਨਾ ਲਿਆ ਵੀ ਰਾਂ ਦੇ ਮੁੰਡਾ ਚੱਕਰਾ ਬੇਟੇ। ਅੱਬਾ ਜੀ ਜਨਾ, ਇਹ ਕੌਣ? ਇਹ ਸਾਲਾ ਬੇਟੇ। ਚਲੋ ਚਲੀਏ। ਕਿਉਂ? ਕੰਮ ਕਰ ਜਾ ਕੇ ਸਾਲਾ ਘਰੇ ਜਿਹਦਾ ਬੁੱਟੀ ਮੇਰੀ ਤੇ ਪੱਥਰ ਇਸਤਰੀ ਕਰਨ ਵਾਲੀ ਹੋ ਗਈ ਨਾ। ਜਵਾਨ ਕੁੜੀ ਚਾਹੀਦੀ 16 ਸਾਲ ਦੀ। 16 ਸਾਲ ਦੀ ਜੇ 16 ਸਾਲ ਦੀ ਨਾ ਲੱਭੇ ਤਾਂ ਫਿਰ 2-8 ਸਾਲ ਦੀਆਂ ਦਿਓ।
ਮੈਂ ਵੈਲਡ ਕਰਾਂਗਾ ਉਹਨਾਂ ਨੂੰ ਮੈਂ 16 ਸਾਲ ਦੀ ਬਣਾਵਾਂਗਾ ਵੈਲਡ ਘਬਰਾਉਣਾ ਨਹੀਂ ਜਵਾਨਾ ਸੋਹਣਾ ਮੈਂ ਇੱਥੇ ਕਰਨਾ ਬਿਲਕੁਲ ਇਹ ਮੇਰਾ ਪੁੱਤਰ ਆ ਚੱਲ 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 ਕੰਮ ਕਰ ਜਾ ਪੁੱਤਰ ਆ ਮੇਰਾ ਅੱਬਾ ਨਹੀਂ ਹੋਰ ਮੇਰੀ ਅੰਮੀ ਦਾ ਦੋਸਤ ਸੀ ਲੱਖ ਲੱਖ ਉਹ ਸਰ ਪਗਾਰਤ ਦੀ ਇਹ ਨਸਲ 600 ਬੰਦਾ ਸੀ ਜਦੋਂ ਤੇਰੀ ਮਾਂ ਲਗਿਆ ਮੈਂ ਓਏ ਪਗਾਰਤ ਦੀ ਸਾਲ 600 ਬੰਦਾ ਤੇ ਮਾਂ ਮੇਰੀ ਇਕੱਲੀ ਇਹ ਕੀ ਪਗਾਰਤੀ ਕੀਤੀ ਆ ਨਿਕਾਲ ਲੈ ਨਾ ਚਲਿਆ ਸੌਰੀ ਪਾਪਾ ਹਾਂ ਗੱਲ ਇਤਨਾ ਸੀ हां भी जमाना लो जी मैं क्या करना मैं बच्ची दा प्यो बुलाउना बुलाओ जी बुलाओ जेड़ा मेरा भी प्यो है बुलाओ जरा ओए ओ पा किथे चला मारदा प्यो ना कौन है कौन है अरे कौन है हेलो इस घर च सारे पागल ही रहंदे ने ओ मैं तेरा दोस्त वाजे तो सुनियारा ओ जड़ा जड़ा ले ओ जड़ा वाले आया मैं पुरानीयां फिल्मां च तीन तीन वारी मरण वाले आ मेनू पहचान ओ मेरा यार जड़ा वाले सुनियारा चलो सारे यार गंदे काम कर लिया यार तेरी धी का रिश्ता लेना यार अपना नहीं मैं देना है अच्छा लोग तेन भी छेड़ दे मेनू कहते खोते लग जाते मेनू कुत्ते लग ही बेटे तू मेरा आपा तो मैं तेरा पुत्र हां फट नहीं नहीं और बगैर ता तू प्यो नु कुत्ता कही ना असि इथे बच्ची दा रिश्ता करना भाई साहब ओए अगर असि थोड़े प्यो आ ओ तू दा प्यो चल सालिया मैं रीमा दा भरा मेरी चुमियां ले जाना ए जिदन तू पावे खादे हुंदे ना तेरे बुल जुड़ जाने मुंडे दी गल ना ਬਿਕਾ ਮੈਨੂੰ ਗਲਤਰਾ ਸਮਝ ਦੱਸ ਕੇ ਆਣਾ ਸਮਝਾ ਤੈਨੂੰ ਮੈਂ ਉਹ ਗਲਤਰਾ ਸਮਝ ਤੂੰ ਮੇਰੇ ਯਾਰ ਜੜੇ ਜੜੇ ਜੜ ਜੜੇ ਓਏ ਇਹ ਪੁੱਤੇ ਪੁੱਤੇ ਚੁੱਕਰ ਜੇ ਕੋਈ ਨਹੀਂ ਘੇਰ ਲਾ ਲਾ ਚੌਥਾ ਲਾ ਲਾ ਉਹ ਤੇਰੀ ਹੱਥ ਲਾ ਗਈ ਹਾਂ ਉਹ ਗੱਲ ਸੁਣ ਹਾਂਜੀ ਉਹ ਪਿਓ ਤੇ ਤੇਰਾ ਸੁਨਿਆਰਾ ਹੈ ਤੂੰ ਕਿਸ ਤਰ੍ਹਾਂ ਦੇ ਕੱਪੜੇ ਪਾਈ ਚਾਚਾ ਤੈਨੂੰ ਸੱਚੀ ਗੱਲ ਕਰਾਂ ਹਾਂ ਪੁੱਤਰ 2 ਸਾਲ ਹੋ ਗਏ ਸੀ ਸੁਨਿਆਰੇ ਦੀ ਦੁਕਾਨ ਪਾਈ ਇੱਕ ਵੀ ਅੰਗੂਠੀ ਨਹੀਂ ਵਿਕੀ ਤੇ ਕੱਪੜੇ ਕਿੱਥੋਂ ਬਣਾਉਣੇ ਓਏ ਕੱਪੜੇ ਕਿੱਥੋਂ ਬਣਾਉਣੇ ਸਾਲਿਆ ਹੈ ਕਿੱਥੋਂ ਬਣਾਉਣੇ ਕਿੱਥੋਂ ਬਣਾਉਣੇ ਹੈ मेरी गल सुन लो बटे होना जे एक बच्ची तुम देनी थी धरू के लै जानी चलो ठीक है हां जी बेटा ब्याह तेरा हो गया समझ अच्छा। छोटी जी शर्त है ये दसो जना बस बच्ची मेरी तकलीफ नहीं होनी चाहिए चाचा एक बारी होनी है जो उन्हें लिए घर छड़ना मैं अपनी दादी ना व्याह करना बकवास बंद कर ओ मेरी मां तू मेरी मां ना नहीं कीता ਹੁਣ ਕਰ ਆਪਣੀ ਮਾਂ ਬਚਾਈ ਜਾਂਦਾ ਉਹਦੀ ਮਾਂ ਦੇ ਛੋਡੇ ਲਾਈ ਜਾਂਦਾ ਹੈ ਕਿਉਂ ਸੂਫੀ ਬੰਦਾ ਕੂੜ ਕਿਉਂ ਮਾਰੇ ਬਾਜੀ ਬੁਲਾ ਲਓ ਇਹ ਬੁਲਾਵਾ ਬੱਚੀ ਨੂੰ ਬੱਚੀ ਨਾਲ ਬੱਚੀ ਬੱਚੀ ਉਹ ਬੱਚੀ ਬੱਚੀ ਛੋਟੀ ਵੱਡੀ ਆਉਂਦੀ ਸਰੀ ਆ ਜਾ ਮੇਰੇ ਭਗਿਆ ਹੀ ਅੱਪਾ ਮੈਂ ਨਹੀਂ ਹਮਾਰਾ ਕਿਵੋ ਅੱਪਾ ਜੀ 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 ਉਹ ਕਿਹੜਾ ਬੰਦਾ ਜਿਹਨੂੰ ਮੈਂ ਕੁਰਬਾਨੀ ਦੇਣੀ ਆ ਵਿੱਚ ਨਾ ਲਿਆਉਣਾ ਇਹ ਤੇਰਾ ਸੋਹਰਾ ਉਹ ਮੁੰਡਾ ਖਲੋਤਾ ਹਾਏ ਮੈਂ ਮਰ ਗਈ ਇਸ ਕੰਜਰ ਨਾਲ ਮੇਰਾ ਵਿਆਹ ਕਰਾਉਣ ਲੱਗੇ ਓ ਹਾਏ ਹਾਏ ਮੁੰਡਾ ਤੇ ਵੇਖੋ ਉਹਦੀ ਸ਼ਕਲ ਦੁਕਾਨਦਾਰ ਵਰਗੀ ਤੇ ਦੁਕਾਨਦਾਰ ਵੀ ਉਹ ਜਿਹਦਾ ਪਹਿਲਾਂ ਹੀ ਸੌਦਾ ਮੁੱਕਿਆ ਹੁੰਦਾ ਹੈ ਵੇ ਇਦਾਂ ਆਕਣ ਦੇ ਮੇਰੇ ਨਾਲ ਗੱਲ ਕਰ ਇਧਰ ਸਤ ਮੂੰਹ ਵਾਲਿਆ ਰਹਿ ਤੇਰੇ ਕਾਕੜਾ ਐਡਾ ਤੇਲ ਲਾ ਕੇ ਖਾਣਾ ਖਰਾਬ ਦਿਆ ਪੁੱਤਰਾ ਨੂੰ ਤੇਰੀ ਮਾਂ ਦਾ ਵੱਡਾ ਪ੍ਰੇਸ਼ਰ ਹੋਵੇ ਫਿਰ ਤੇਰੀ ਬੈਂਕ ਤੇ ਕੰਜਰਾਂ ਦੇ ਨਾਲ ਦੌੜ ਜਾਵੇ ਤੇਰੀ ਦਾਦੀ ਆ ਕੇ ਤੇ ਮੋਦੀ ਦਾ ਕਰ ਲੈ ਇਹ ਕੇਸਟ ਬਣਾਈ ਕਿੱਥੋਂ ਆਈ ਛੱਡ
ਜਨਰੇਟਰ ਨੂੰ ਹੱਥ ਪਾ ਲਈ।
ਨਾ ਭਾਈ ਮੈਨੂੰ ਹੱਥ ਪਾਣ ਦੀ ਆਦਤ ਨਹੀਂ ਹੈਗੀ ਆ ਵੋਲਟ ਬਹੁਤੇ ਆਉਂਦੇ ਹੋਣੇ ਆ ਹਾਂ ਨਿੱਕੇ ਨਿੱਕੇ ਜਨਰੇਟਰ ਨੇ ਹੱਥ ਪਾਉਂਦੀ ਮੈਂ ਆ ਤੇ ਇਹਨੂੰ ਚਾਹੀਦਾ 2500 ਵਾਟ ਦਾ ਨੇਵਾ ਫਫਾ ਫਫਾ ਕਰੇ ਆ ਤੇ ਸਹੀ ਹੈ ਨਾ ਨਿੱਕੇ ਨਿੱਕੇ ਇਸ ਤਰ੍ਹਾਂ ਕਰ ਲੈ ਕਿਸੇ ਤਰਖਾਨ ਨਾਲ ਵਿਆਹ ਕਰਾ ਲੈ ਕਰਾ ਦੇ ਤਰਖਾਨ ਨਾਲ ਵਿਆਹ ਅੱਛਾ ਅਗਲਾ ਪਹਿਲੀ ਰਾਤ ਹੀ ਮੇਰੀ ਮੰਜੀ ਠੋਕ ਦੇ ਮੈਂ ਕਿਹਨੂੰ ਜਾ ਕੇ ਪੁੱਛਣਾ ਬਗਾਤਾ ਅੱਛਾ ਮੰਜੀ ਦਾ ਇਹਨੇ ਬਾਨਾ ਹੀ ਆ ਠੋਕਣਾ ਉਹਨੇ ਪਲਾਂਗਾ ਉਹ ਜਿਹੜਾ ਠੋਕਣਾ ਸੀ ਉਹ ਪਲਾਂਗੇ ਨਹੀਂ ਹੋਰ ਉਹ ਕੀ ਬੈੱਡ ਸੀਗਾ ਅੱਛਾ ਫਿਰ ਇਸ ਤਰ੍ਹਾਂ ਕਰ ਕਿਸੇ ਹਲਵਾਈ ਨਾਲ ਕਰਾ ਦੇ ਹਲਵਾਈ ਨਾਲ ਵਿਆਹ ਅਗਲਾ ਪਹਿਲੀ ਰਾਤ ਹੀ ਮੇਰੇ ਕੋਲ ਲੱਡੂ ਗੋਲ ਕਰਾ ਲਿਓ ਮੈਨੂੰ ਤੇ ਕੋਈ ਚੀਜ਼ ਗੋਲ ਕਰਨ ਦੀ ਆਦਤ ਹੀ ਨਹੀਂ ਮੈਂ ਹੱਥ 'ਚ ਫੜ ਕੇ ਉਂਝ ਮੇਰੇ ਆ ਜੀ ਲੱਡੂ ਤੇ ਵੈਸੇ ਵੀ ਗੋਲ ਹੀ ਹੁੰਦੇ ਆ ਆ ਤੈਨੂੰ ਪਤਾ ਤੂੰ ਤੇ ਲੱਡੂਆਂ ਨਾਲ ਕੁਆਬ ਕਰ ਦਿੰਦੀ ਆ ਬਕਵਾਸ ਨਾ ਕਰ ਮੈਂ ਕਰ ਲੈਣਾ ਵਕੀਲ ਨਾਲ ਵਿਆਹ ਆ ਵਕੀਲ ਨੇ ਪਹਿਲੀ ਦਾ ਰਾਤ ਕਹਿਣਾ ਜੋ ਕਹੇਂਗੀ ਸੱਚ ਕਹਿਣਾ ਤੂੰ ਸੱਚ ਬੋਲਣਾ ਤਲਾਕ ਹੋ ਜਾਣੀ ਮੈਂ ਲਗਾਉਂਦੀ ਕੋਈ ਗੱਲ ਹੀ ਨਹੀਂ ਬੜਾ ਸਿਰ ਸਜਾਇਆ ਤੇਰੀਆਂ ਜੂਆਂ ਦਾ ਅੱਜ ਮੁਰਸ਼ਿਦ ਆਉਣ ਵਾਲਾ ਸੀ ਤੁਸੀਂ ਮੇਰੇ ਜੁੱਤਾਂ ਲਾਉਂਦੇ ਪਏ ਹੋ ਹੋਰ ਤੈਨੂੰ ਮੈਂ ਕੀ ਸਿਗਰਟ ਲਾਉਣਾ ਸਿਗਰਟ ਪੀਂਦਾ ਹੀ ਨਹੀਂ ਤੁਹਾਡਾ ਮੇਰਾ ਵਿਆਹ ਚਲਾ ਦਈਏ ਆਹੋ ਚਲੋ ਕੋਸ਼ਿਸ਼ ਕਰਨੇ ਆ ਵੈਸੇ ਮੈਂ ਛੇਤੀ ਸੌਂ ਜਾਂਦਾ ਹੀ ਮੈਂ ਕਾਦੀ ਕਾਰੀਗਰ ਜੇ ਤੈਨੂੰ ਹਲਾ ਹਲੂ ਕੇ ਠਾਇਆ ਨਾ ਹੁੰਦਾ ਆ ਤੂੰ ਠਾ ਲੈਣ ਵਾਲੀ ਆ ਸੁੱਤੇ ਬੰਦੇ ਨੂੰ ਤੂੰ ਹੀ ਠਾਉਣੀ ਆ ਤੇ ਚੱਲ ਚਲ ਆ ਮੈਂ ਤੈਨੂੰ ਤੂੰ ਮੇਰੇ ਵਾਲੇ ਕਮਰੇ ਸੌਂ ਜਾ ਤੇ ਤੁਸੀਂ ਮੈਂ ਆਪਣੇ ਵਾਲੇ ਸੌਂ ਜਾਵਾਂ ਹਾਂ ਪਹਿਲੇ ਮੈਂ ਤੈਨੂੰ ਕਮਰਾ ਵਹਾਉਣਾ ਹਾਂ ਫਿਰ ਟਾਈਮ ਕੱਢ ਕੇ ਤਾਰੇ ਵਹਾਉਣਾ ਚੱਲਾਂ ਵੀ ਤੇਰੀ ਭੈਣ ਨੂੰ ਹੁਣ ਲੈ ਕੇ ਕਿੱਥੋਂ ਹਾਲ ਸ਼ੁਰੂ ਕੀਤਾ ਕਿੱਥੇ ਪਹੁੰਚਣ ਲੱਗਾ ਕਿੰਨਾ ਪਿਆਰਾ ਤੂੰ ਯਾਰ ਅੰਦਰੋਂ ਲੋਹੇ ਦਾ ਪਜਾਮਾ ਲਿਆ
लेकिन जो तक अम्मी नहीं कहेगी उदों तक असं इनू अपने घर च नहीं वार सकते। नहीं अपनी अम्मी की इजाजत बड़े गुस्से वाले ने अपनी मर्जी तो बगैर एक बंदा नहीं बताते। नौकरी चाहिए मेहरबानी उम्र थोड़ी तू कि चलना है तेरी बहन के कमरे च तू भी बंदा झूठ क्यों मारे है मेरी घड़ी अपनी है तीन घंटे की मजबूरी सूफी है तो चौनी पौनी बंदा कूड़ क्यों मार गया बंदा भी गलते नु चेक कर ले कूड़ नहीं मारेगा। अलैकुम ए जफी गुजर बण बाकी कौमा ढिलियां ने है सानू की तकलीफ है मैं जिदे मरदी नाल जफी पावा। अस्सलाम वालेकुम। वालेकुम सलाम। पछाणे पछाणिया तुसी लाश हो या सौ दा नोट बनाया की? हेलो मेरा नाम बदतमीजी की ने मैं नासा ही चुगला पाके नस जाणे। अच्छा दौड़ जाना। आहो ए पाड़या फैशन है अनेया आप पाड़ो ते फैशन असी पाड़िए ते परचा आल 2.5-3 लाख दा खर्चा बस। मेहरबानी भाई जी थैंक यू तेरी मेहरबानी बस 2.5-3 लाख ते होर ताडे बस च ते बंदा मरण वाला हो जे है तुहाडी ते पजारो वाजे गुआंडी सिर फड़ लंदा उहनां दी कित्थे बची असी मर गए सही गल जी अल्लाह ने जिन्हू भी देना अगो तानू ही देना पिछे बन लो किथे खड़ना जे इना पैसा आखरत दा कोई सोचो कोई आखरत दा सोचो शुक्र है अल्लाह दा कोई आखरत दा सोचो चला आखरी कमरे चल के सोचिए एडा कद कटी जांदी बीवी हो जा कोई बंदा नहीं इन्ने जोगा अपने बाद चो असी कले किसे को 200 ले ली अगला कहिंदा की हाल है मुस्लिम शेख साहब मैनू चलाउन नहीं दित्ती मैडम गड्डी चलाउन दिओ गवर्नमेंट ने मैडम मैनू लाइसेंस दिता मैं वेले सिर तेल बदला करांगा जी गड्डी दा ख्याल रखा जिन्ना तू आप गंदा है ना गड्डी भी तू ओनी गंदी रखनी नहीं मैडम ये तुहाडे वास्ते च तुसी टाइम कढ़ के मैनू दस देना गड्डी कादा ना रख बैठे हो मैनू ना ना पागल बनाओ जनाब एजेंट ड्राइवर हां मैं ड्राइवर हो बड़े समझदार हो जी जी बड़े इंजीनियर हो
ਲਾਇਸੈਂਸ ਵੀ ਮਿਲਿਆ ਜੀ ਜੀ ਤੁਹਾਨੂੰ ਫਿਰ ਮੈਂ ਪਿੰਡ ਭੇਜਾਂ ਤੇ ਰਾਬੇ ਦਾ ਵੱਡਾ ਟਰੈਕਟਰ ਚਲਾਓ ਜਦੋਂ ਗੇਅਰ ਲਾ ਕੇ ਤੈਨੂੰ ਸਾਲਿਆ ਹੱਲ ਚੁੱਕਣਾ ਪਿਆ ਤੇਰੀ ਅੱਖਾਂ ਬਾਹਰ ਆ ਜਾਣੀਆਂ ਇਹਨੀ ਇਹਨੀ ਮੁਸ਼ਕਲ ਵਾਲਾ ਕੰਮ ਮੇਰੇ ਕੋਲੋਂ ਨਹੀਂ ਜਿੰਦਾ ਉਹ ਅੱਬਾ ਜੀ ਕਰ ਲੈਣਗੇ ਜੀ ਮੈਡਮ ਕੀ ਇਹ ਆਰਡਰ ਲਾਓ ਚੱਲ ਮੈਂ ਨਵੀਂ ਗੱਡੀ ਲਾ ਕੇ ਨਾ ਛੋਟੀ ਲੋਰ ਲਈ ਉਹ ਤੂੰ ਚਲਾਈ ਮੈਨੂੰ ਪਤਾ ਤੂੰ ਨਹੀਂ ਚਲਾਉਣ ਦੇਣੀ ਓਏ ਕਿਹੜੀ ਗੱਡੀ ਆ ਜਿਹੜੀ ਤਰਲਿਆ ਨਾਲ ਚੱਲਣ ਡਈ ਆ ਓ ਮੈਨੂੰ ਦੱਸ ਦਿਓ ਪਿਤਰਸ ਮੈਡਮ ਗੱਡੀ ਮੈਂ ਡਰਾਈਵਰ ਆ ਪਤਾ ਨਹੀਂ ਕਾਹਦਾ ਡਰਾਈਵਰ ਆ ਮੈਂ ਵੀ ਚਲਾਉਂਦਾ ਰਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਮੈਡਮ ਚਲਾਉਣ ਦਿਓ ਚਲਾਈ ਚਲਾਈ ਤੂੰ ਚਲਾਈ ਮੇਰਾ ਵੀਰ ਤੂੰ ਹੀ ਚਲਾਈ ਕਾਹਦਾ ਵੀਰ ਰਹਿ ਗਿਆ ਫਿਰ ਟਰਾਲਾ ਹੀ ਚਲਾਏਗਾ ਨਹੀਂ ਮੈਨੂੰ ਪਤਾ ਤੂੰ ਨਹੀਂ ਚਲਾਉਣ ਦੇਣੀ ਨਹੀਂ ਨਹੀਂ ਛੋਟੀ ਗੱਡੀ ਤੂੰ ਚਲਾਈ ਕਮ ਸੇ ਕਮ ਵਿਖਾ ਹੀ ਦੇ ਲੰਮਾ ਹੀ ਰੌਲਾ ਇਹ ਕੋ ਮਹਿਰਾਨ ਤੋਂ ਸ਼ੁਰੂ ਹੋਈ ਆ ਜਾ ਕੇ ਪਜਾਰੋ ਤੇ ਮੁੱਕਣੀ ਆ ਇਹ ਲਾਹੌਰ ਇੱਥੇ ਛੋਟੀ ਗੱਡੀ ਠੀਕ ਰਹੀ ਛੋਟੀ ਲਾਂਗੇ ਇੱਥੇ ਨਹੀਂ ਬਸ ਹਾਂਜੀ ਹਾਂ ਛੋਟੀ ਵੱਡੀ ਗੱਡੀ ਨੂੰ ਲਾਹੌਰ 'ਚ ਬੜੀ ਮਾਰ ਪੈਂਦੀ ਜੀ ਕਿਉਂਕਿ ਉਹ ਐਸਨ ਫੋਟੋਗ੍ਰਾਫਰ ਚਲਾਉਂਦਾ ਰਹਿੰਦਾ ਨਾ ਨਹੀਂ ਸੜਕਾਂ ਛੋਟੀਆਂ ਨੇ ਹਾਂ ਸੜਕਾਂ ਛੋਟੀਆਂ ਗੱਡੀ ਵੱਡੀ ਟੈਨਸ਼ਨ ਵਾਲੀ ਗੱਲ ਹੈ ਅੱਛਾ ਜੀ ਰਕਸ਼ਿਆਂ ਵਾਲੇ ਚਿੰਚੀਆਂ ਵਾਲੇ ਲੈਣਾ ਛੜਾ ਪਾ ਦਿੰਦੇ ਨੇ ਇਹ ਤੀਆਂ ਤੀਆਂ ਵਾਲੇ ਪੈਂਤੀਆਂ ਪੈਂਤੀਆਂ ਵਾਲੇ ਇਹ ਵੱਡੀ ਗੱਡੀ ਦੀ ਮੱਤ ਮਾਰ ਦਿੰਦੇ ਨੇ ਜੀ ਹਾਂ ਹਾਂਜੀ ਛੋਟੀ ਗੱਡੀ ਠੀਕ ਰਹਿੰਦੀ ਹਾਂ ਮੈਂ ਆਪ ਹੀ ਚਲਾਵਾਂਗਾ ਜੀ 0 ਮੀਟਰ 0 ਮੀਟਰ ਠੀਕ 0 ਮੀਟਰ ਤੇ ਨਹੀਂ ਚਲੋ 2-4 ਕਿਲੋਮੀਟਰ ਚੱਲੀ ਦੀ ਹੋਵੇ ਤੇ ਖੈਰ ਮੈਂ ਅੰਦਰ ਇਹ ਸਾਡਾ ਘਰ ਆ ਸਾਡੀਆਂ ਗੱਡੀਆਂ ਨੂੰ ਨਾ ਛੇੜਦਾ ਰਹੀ ਤਾਂ ਸਾਲੇ ਉਹਨਾਂ ਨੂੰ ਅੱਗੇ ਪਿੱਛੇ ਕਰਦਾ ਰਵੇ ਤੇ ਕਿੱਥੋਂ ਡਰਾਈਵਰ ਲੈਣ ਦਾ ਅਕਲ ਹੀ ਨਹੀਂ ਆਇਆ ਰਾਜੀ ਪਾਗਲ ਹੈ ਥੋੜਾ ਜਿਹਾ ਜਾਹਲ ਆਦਮੀ ਜਾਹਲ ਹੈ ਹੋਰ ਤਬੀਅਤ ਛਾੜਿਆ ਮੈਨੂੰ ਕੌਣ ਹੋ ਤੁਸੀਂ ਤਾਰਫ ਨਹੀਂ ਕਰਾਇਆ ਕਰਾਚੀਓ ਤੁਹਾਡੇ ਘਰ ਆਣੇ ਸਨ ਮਹਿਮਾਨ ਜੀ 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 ਇੱਥੇ ਹੁਣ ਮੈਂ ਮੂਤਲਾ ਦੇ ਮੁੰਡੇ ਦਾ ਵਿਆਹ ਮੇਰੇ ਭਾਈ ਨੇ ਕੁੜੀ ਆਣੀ ਹੈ ਕਰਾਚੀਓ ਮੈਂ ਉਸ ਕੁੜੀ ਦੇ ਨਾਲ ਆਈ ਹਾਂ ਉਹਦੀ ਸੈਕਟਰੀ ਆ ਅੱਛਾ 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 ਸੈਕਟਰੀ ਹੋ ਹਾਂ ਜੀ ਤੁਸੀਂ ਵੀ ਸੋਹਣੇ ਹੀ ਹੋ ਮਿਹਰਬਾਨੀ ਮੈਂ ਜਹਾਜ਼ ਤੇ ਆਈ ਹਾਂ ਉਹ ਪਿੱਛੇ ਆ ਰਹੇ ਅੱਛਾ ਉਹ ਪਿੱਛੇ ਆ ਰਹੇ ਤੁਸੀਂ ਖਲੋਤੇ ਜਹਾਜ਼ ਤੇ ਆਏ ਹੋ ਆ ਜਿਹੜਾ ਚੁਬੁਰਜੀ ਖਲੋਤਾ ਨਹੀਂ ਚੱਲਣ ਵਾਲੇ ਜਹਾਜ਼ ਤੇ ਆ ਜਾ ਜਿਹੜੇ ਮੈਂ ਅੰਬ ਚੁੱਪਣਿਆ ਤੂੰ ਆ ਜਾ ਜਨਾਬ ਸਾਨੂੰ ਕਿ ਔਰਤ ਦੇ ਦਿਓ ਅਸੀਂ ਤਕਾਫ ਤੇ ਬੈਠੇ ਆ ਸਾਡਾ ਵੀ ਹੱਕ ਹੈ ਜਨਾਬ ਰਿਸ਼ਤੇ ਵਾਸਤੇ ਇੱਥੇ ਬੜੀਆਂ ਬੜੀਆਂ ਵੈਰਾਈਟੀਆਂ ਮਿਲਣੀਆਂ ਤੁਹਾਨੂੰ ਜਨਾਬ ਕੌਣ ਮੈਂ ਸਿਟੀ ਨਾਜ਼ਮ ਹੈ ਦੀ ਗਲੀ ਚ ਰਹਿਣਾ ਹਾਂ ਇਹਦਾ ਨਾਮ ਸੁਣ ਟੈਡੀ ਆਹੋ ਟੈਡੀ ਟਗੇ ਦਾ ਵੱਡਾ ਮੁੰਡਾ ਹੀ ਪੰਜਾਂ ਦਾ ਨੋਟ ਮੇਰੀ ਮਾਂ ਦਾ ਨਾਮ ਕੀ ਹੋਏਗਾ ਜਵਾਨੀ ਨਹੀਂ 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 ਮੇਰੇ ਅੱਬੇ ਦਾ ਨਾਮ ਤੇ ਠੀਪਾ ਹਾਂ ਠੀਪਾ ਮੇਰੇ ਅੱਬੇ ਤੇ ਗੁੱਸਾ ਚੜਿਆ ਇਹ ਕੁੜੀ ਕਿੱਡੀ ਸੋਹਣੀ ਮਿਹਰਬਾਨੀ ਦਿਲ ਖੋ ਗਿਆ ਪਾਪਾ ਦਿਲ ਖੋ ਗਿਆ ਕੁਛ ਹੋ ਗਿਆ ਮੇਰਾ ਦਿਲ ਕਹੀਂ ਸੇ ਲਾ ਦੋ ਲੰਮੇ ਪਾ ਦੋ ਲੰਮੇ ਪਾ ਦੋ ਸਾਲਿਆ ਟਾਂਕੇ ਖੁੱਲਣ ਲੱਗੇ ਨੇ ਬਦਤਮੀਜ਼ੀ ਹੈਲੋ ਡੋਨਟ ਟੇਕ ਮੀ ਈਜ਼ੀ ਓਕੇ ਹੈਲੋ ਨਾਟ ਰਿਸਪੌਂਡਿੰਗ ਇਨ ਦਾ ਮੂਮੈਂਟ ਪਲੀਜ਼ ਪਲੀਜ਼ ਟ੍ਰਾਈ ਲੇਟਰ ਕੇ ਟੂ ਫਿਲਟਰ ਇਨੀ ਠੀਕ ਆ ਪਲੀਜ਼ ਚਲ ਪਜਾਮਾ ਬਦਲਿਆ ਓ ਫੱਲਾ ਏ ਭਾਈ ਜਾਨ ਹਾਂਜੀ ਇਹ ਅੰਦਰ ਗੱਡੀ ਕਿਹਦੀ ਖਰੋਤੀ ਸਾਡੀ ਉਹ ਮੈਂ ਹੱਥ ਲਾਇਆ ਗਰਮ ਹੋ ਗਈ ਕਿਤੇ ਬਾਉਂਡਰ ਵਾਲੇ ਪਾਸੇ ਉਹ ਛੇੜਦਾ ਰਿਹਾ ਯਾਰ ਇੱਥੇ ਇੰਨੀਆਂ ਕੁੜੀਆਂ ਆਉਂਦੀਆਂ ਨੇ ਕਿਸੇ ਆਂਟੀ ਦਾ ਘਰ ਸੋਹਣੀ ਕੁੜੀ ਦੇ ਕੋਲ ਖਲੋਤਾ ਨਹੀਂ ਤਾਂ ਤੂੰ ਚਨੋੜ ਕੇਲੇ ਵੇਚਣੇ ਚਿਦਰੀ ਵਾਲੇ ਤੂੰ ਤੇ ਫੈਸਲਾ ਬਾਦ ਡਾਕਟਰ ਸੀ ਨਾ ਮਾਂ ਨੂੰ ਬੀੜ ਨਾ ਲਵਾ ਕੇ ਦੇਈ ਉਹ ਚਾਹ ਚ ਭਿਓ ਭਿਓ ਕੇ ਕੇਲੇ ਖਾਂਦੀ ਨਹੀਂ ਨਹੀਂ ਕੇਲੇ ਖਾਂਦੀ ਆ ਆਵਾਜ਼ ਨਹੀਂ ਆਉਂਦੀ ਮਸ਼ਹੂਰ ਲਾ ਜਾਂਦੀ ਕੇਲੇ ਖਾਣ ਵਾਲੀ ਕੁੜੀ ਬੜੇ ਸੋਹਣੇ ਲੱਗ ਰਹੇ ਮਾਸ਼ਾਅੱਲਾ ਮਿਹਰਬਾਨੀ ਏ ਕੋਣ ਏ ਵੱਡੇ ਟੀਟ ਵਾਲਾ ਵੱਡੇ ਨੱਕ ਵਾਲਾ ਵੱਡੇ ਕੰਨ ਵਾਲਾ ਸਾਰਾ ਦਾ ਸਾਰਾ ਦਾ ਹੈ ਕੀ ਏ
ਕਿਹੜੀ ਚੀਜ਼ ਤੇ ਹੋ? ਮੈਂ ਜਹਾਜ਼ ਤੇ ਆਈ। ਆ ਉਹ ਤੇ ਆਣਾ ਚਾਹੀਦਾ, ਉਹ ਤੇਜ਼ ਆਉਂਦਾ। ਜਹਾਜ਼ ਤੇ ਆਈ ਹਣ ਬਾਹਰ ਸਿਗਟਾਂ ਪੀਂਦੇ ਆ। ਵੇ ਅੰਨੀ ਦੇ ਆ ਉੱਡੇ ਨਾਲੇ ਜਹਾਜ਼ ਤੇ ਤੇ ਬਾਕੀ ਜਹਾਜ਼ ਥੱਲੋਂ ਥੱਲੋਂ ਆਉਂਦੇ ਨੇ। ਉੱਡੇ ਨਾਲ ਸਾਨੂੰ ਆਰਡਰ ਲਾਉਂਦੀ, ਅਸੀਂ ਤੈਨੂੰ ਜਹਾਜ਼ ਤੇ ਲੈ ਆਉਂਦੇ। ਲੈ ਜਹਾਜ਼ ਤੇ ਰਹਿਣ ਦੇ, ਵੇਖੇ ਨੇ ਤੁਹਾਡੇ ਤਿੰਨਾਂ ਦੇ ਨਿੱਕੇ ਨਿੱਕੇ ਹੈਲੀਕਾਪਟਰ, ਉਹ ਵੀ ਨਹੀਂ ਉੱਡਦੇ। ਮੈਂ ਤੈਨੂੰ ਕਿਹਾ ਸੀ ਕੋਈ ਸਾਨੂੰ ਵੇਖ ਰਿਹਾ। ਇਹ ਤੇ ਚਾਹੁੰਦੀਆਂ ਨੂੰ ਫੌਰਨ ਉੱਡ ਜਾਏ, ਉਹਦੇ ਤੇ 20-25 ਮਿੰਟ ਲੱਗਦੇ ਨੇ। ਪਹਿਲੇ ਬੰਦਾ ਹੈਲੀਕਾਪਟਰ ਦਾ ਸੋਚ ਥੱਲੇ ਕਰਦਾ ਹੈ, ਫਿਰ ਉਹ ਹਲਕਾ ਹਲਕਾ ਕਰਦਾ ਡਗ 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 ਡਗ, ਫਿਰ ਕਿਧਰੇ ਜਾ ਕੇ ਫੌਰਨ ਨਹੀਂ ਉਡਾਉਣਾ। ਕਿਉਂ ਭਾਈ? ਪਰ ਵਿੰਗੇ ਹੋ ਜਾਂਦੇ ਜੀ। ਹੈਲੀਕਾਪਟਰ ਦਾ ਡਾਕਟਰ ਵੀ ਨਾਲ ਸੋਚਦਾ ਹੈ। ਨਹੀਂ ਨਹੀਂ ਉਹ ਜਹਾਜ਼ ਦੇ ਅਸਲੀ ਜਹਾਜ਼ ਦੇ। ਅੱਛਾ ਅੱਛਾ, ਕੁਝ ਖਾਣਾ ਪੀਣਾ ਤੁਸੀਂ? ਕੀ ਹੈ ਕੀ ਹੈ? ਅੱਲਾ ਮਾਫ ਕਰੇ, ਮੈਂ ਕਿਤ ਕੰਜਰੋਂ ਮੇ ਫਸ ਗਈ ਹੂੰ। ਬੱਲੇ ਉਹ ਹਾਜੀ ਸਦੀਕ ਦੀ ਹੈ ਕੁੜੀ ਹੈ। ਅੱਛਾ ਹਾਜੀ ਸਦੀਕ ਦੀ ਕੁੜੀ ਨਹੀਂ ਪਰ ਹਾਜਣ ਦੀ ਭੈਣ ਤੇ ਆ ਨਾ। ਹਾਂ ਇੱਜ਼ਤ ਕਰਿਆ ਕਰੋ। ਚਲੋ ਉਸ ਹਾਜਣ ਨੇ ਅੱਲਾ ਦਾ ਘਰ ਵੇਖ ਲਿਆ, ਤੂੰ ਟਾਈਮ ਕੱਢ ਕੇ ਮੇਰਾ ਘਰ ਵੇਖ ਲਾ। ਫਿਰ ਮੈਂ ਟਾਈਮ ਕੱਢ ਕੇ ਤੇਰਾ ਘਰ ਵੇਖ ਲਾਂਗਾ। ਮੈਂ ਸਾਊਦੀ ਅਰਬ ਗਿਆ ਮੈਂ। ਅੱਛਾ, ਸ਼ੈਤਾਨ ਨੇ ਮੈਨੂੰ 20 ਲੱਖ ਰੁਪਇਆ ਦਿੱਤਾ। ਕਿਉਂ? ਕਹਿੰਦਾ ਨਰਗਸ ਨੂੰ ਫੇਰ ਭੇਜੋ। ਇਹ ਸਾਲਿਆ ਸ਼ੈਤਾਨ ਨੂੰ ਕਰੰਸੀ ਤੇਰਾ ਪਿਓ ਭਜਾਉਂਦਾ ਰਿਹਾ। ਬੱਟਾ ਮੇਰੀ ਭੈਣ ਦੇ ਬਾਰੇ ਮੈਂ ਕੁਝ ਕਰਾਂ? ਜਰਾ ਜਰਾ ਓਏ ਆ, ਤਾਂ ਮੇਰੀ ਮਾਂ ਭੈਣ ਨੇ ਕਰਨਾ ਪਿੱਛੇ ਤੇ ਨਹੀਂ। ਓਏ ਉਹ ਤੇ ਚੇਤਾ ਹੀ ਭੁੱਲ ਗਿਆ। ਆ ਮੇਰੀ ਵਾਰੀ, ਲੋਹੇ ਦੀ ਕੜਾਈ ਚੁੱਕ ਲਿਆ ਆਰਾਮ ਨਾ ਪੁੱਛੋ। ਮੈਨੂੰ ਦੱਸੋ ਜਨਾਬ ਕੀ ਖਾਣਾ ਪੀਣਾ? ਮੇਰੇ ਨਾਲ ਭੈਣ ਵੀ ਆਈ ਆ ਤੂੰ। ਯਾਰ ਮੈਂ ਆਖਿਆ ਖਬਰ ਮੰਗਾਉਣ ਲੱਗਾ, ਛੱਡੋ ਜੀ ਤੁਸੀਂ, ਮੈਨੂੰ ਦੱਸੋ ਕੀ ਖਾਣਾ ਹੈ? ਕੜਾਈ ਖਾਣੀ ਹੈ। ਹੋਰ ਕੁਛ ਨਹੀਂ ਖਾਣਾ? ਕੜਾਈ ਸਿਰ 'ਚ ਵੱਜੇਗੀ ਇਹਦੇ। ਚਲੋ ਪਹਿਲੇ ਕੜਾਈ ਖਾ ਲੈਣਾ। ਹਾਂ ਫਿਰ ਕੜਾਈ ਖਾ ਲੈਣਾ। ਮੈਂ ਕਿਹਾ ਬੀਡੀ ਚਿੱਟਾ ਰੱਖੀ ਹੈ। ਮੈਂ ਕਿਹਾ ਤੁਹਾਨੂੰ ਡਾਂਸ ਆਉਂਦਾ? ਨਹੀਂ ਮੈਨੂੰ ਡਾਂਸ ਨਹੀਂ ਆਉਂਦਾ। ਹੋਰ ਸਾਲੀ ਇੱਥੇ ਕਿਸੀਆਂ ਕਰਨ ਆਈ ਆ? ਓਏ ਉਹ ਤੂੰ ਕਿਹਾ ਸੰਨਿਆ? ਉਹ ਮੇਰੇ ਜ਼ੇਰ ਜਾ ਕੇ ਗੀਸੀਆ ਕਰਦੀ, ਕਿੱਡੀ ਬੁਰੀ ਲੱਗੇਗੀ। ਯਾਰ ਬੜਾ ਮਜ਼ਾ, ਇੱਕ ਵਾਰੀ ਕਰ ਦੇ ਵੇਲਾ। ਜੱਗ ਗਿਣੀ ਬੜੇ ਬੜੇ ਵਾਕਏ ਸਾਡੇ ਮਹੱਲੇ। ਇੱਕ ਔਰਤ ਸੀ, ਉਹਦਾ ਵਿਆਹ ਵੀ ਨਹੀਂ, ਉਹਦੇ ਪੁੱਤਰ ਹੋ ਗਿਆ। ਉਹਨਾਂ ਨੇ ਪੁੱਤਰ ਨੂੰ ਘਰੋਂ ਕੱਢਤਾ, ਲਾਹੌਰ ਡਰਾਮੇ ਕਰਨ ਦੇ ਲਾਲ ਯਾਰ ਮਾਲ ਬਣੇ ਆ। ਬੜੀ ਗੱਲ ਹੈ। ਬਰਾਸੀਆਂ ਦਾ ਕੀ ਬਣਨਾ? ਹਰ ਕੁੜੀ ਗੁਜਰਾਂ
ਬੰਦਾ ਨਾ ਨਾ ਹੋਵੇ ਤੇ ਗੁਜਰ ਬਣ ਜਾਂਦਾ। ਪਾਣੀ ਗੱਲ ਪੁੱਛਣੀ ਹੈ। ਪੁੱਛੋ। ਪਾਣੀ ਬਗੈਰਤ ਕੀ ਹੁੰਦਾ ਹੈ? ਬਗੈਰਤ ਤਾਂ ਨਹੀਂ ਪਤਾ। ਨਹੀਂ। ਅਜੇ ਕੁੜੀ ਨਹੀਂ ਨੱਚਦੀ। ਹਾਂ। ਉਹਦੇ ਆਲੇ ਦੁਆਲੇ ਨੱਚਦੇ ਉਹ ਬਗੈਰਤ ਹੀ ਹੁੰਦੇ ਨੇ। ਨਾਲੇ ਆਪਣੇ ਹੀ। ਸਲਾਮਾਂ ਲੇਕਰ। ਸਲਾਮਾਂ ਲੇਕਰ। ਮਾਂ ਪਿਓ ਲਿਖਾਇਆ ਪੜਾਇਆ ਕਿ ਡਾਕਟਰ ਬਣ ਸੀ ਉਹ ਨਾਚਾ ਬਣ ਗਏ। ਕਿ ਮਾਂ ਪਿਓ ਦੀ ਇੱਜ਼ਤ ਰੱਖੀ ਸ਼ਾਬਾਸ਼ੀ। ਜਾ ਕੇ ਬੱਸਾਂ ਲੁੱਟੋ ਕਿਹੜੇ ਕੰਮ ਪਏ ਜੇ ਤੂੰ। ਓ ਛਾਤੀ ਹੋਈ ਤੇਰੀ ਵੀ ਠੀਕ ਆ? ਨਹੀਂ ਯਾਰ ਹੋਈ। ਤੇਰੀ ਵੀ ਨਹੀਂ ਹੋਈ, ਮੇਰੀ ਵੀ ਨਹੀਂ ਹੋਈ, ਦੋਵੇਂ ਵਿਰਾ ਆਪਸ ਵਿੱਚ ਕੋ ਮੈਨੇਜਮੈਂਟ ਕਰ ਲਵੀਏ। ਸੂਫੀ ਬੰਦਾ ਕੂੜ ਕਿਉਂ ਮਾਰ ਗਿਆ? ਮੇਰਾ ਜਦੋਂ ਵਿਆਹ ਹੋਣਾ ਨਾ ਮੈਂ ਸ਼ਕੀਲ ਭਾਈ ਕੋ ਵੀਡੀਓ ਬਣਾਉਣੀ ਜੋ ਮਰਜ਼ੀ ਹੋਵੇ। ਸ਼ਕੀਲ ਭਾਈ ਵੀਡੀਓ ਬਣੀ ਚਾਹ ਚਲਾਉਣ ਡਿਆ। ਗੱਲ ਸੁਣੋ, ਗੱਲ ਸੁਣੋ,
चौधरी अल्लाह रखे दा मुंडा होवे ते व्याह अपनी मर्जी ना कर लवे ओए ते ओ दो महीने होना जदों सूरज मगरब वालों निकलना तेनू उस कुड़ी नू तलाक देनी पेगी तेरी बहन लगती है साडे घर दा मामला तू विच क्यों उड़दा पे मैं फेर तो कहना ओ चौधरी अल्लाह रखे दा मुंडा होवे ते बगैर मर्जी तो व्याह कर लवे उस कुड़ी नू तलाक दे ओए यार हुण मजाल है जिन्हें हैं तेरे को ये तो फिल्म में वाइंडअप चलता है यार तेरा मांगा मैं सीरियल तू रहने दे यार तेरे को उस कुड़ी में तलाक देनी पड़ेगी छीमिया अब्बा जी मैं उन्हें तलाक नहीं देनी जो मर्जी हो जावे तलाक देनी पड़ेगी नहीं अब्बा नहीं देनी नहीं ओए कुछ हजार कर पुत्र ओए ओ तेरा प्यो सारे पिंड जखाउचियां करके सिर उचा करके चुक दई तेरे इस ब्याह दे फैसले तो बाद सारे पिंड ने तेरे प्यो नु कमी कमी कहने ओए और तेनु मेरी इज्जत दा वास्ता ही ए मेरी पग तेरे पैरां च पई आ पुत्तर ओए तलाक दे दे इन मैं 20 बारी ठुड्डे मारे ने चुप कर लूं हुण मां मर गई आ हुण कर पा 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 बच्चा अपना ब्याह कर लिया मेरा हाथ टोका भी जाया कर लगा मुंडिया तोनु तलाक देना मैं छड़ दे पाग पर ये छड़ दे छड़ना पड़ेगा इस मुंडे नु तलाक देनी पड़ेगी जे तू तलाक ना दीती मैं तेनु अपनी सारी जायदाद तो आग कर देगा और तू टक टके टके नु तरसेगा फिर भी पुत्र ओए मेरी तेरे अगे दरखास्त थी उस कुड़ी नु तलाक दे दे ए मेरी पग नहीं रहन दे रहन दे का नोट इतना बड़ा होता है
यकीन कर बंदा किसी के हाथ में पकड़ाए ना अगले के डेले बाहर आ जाते हैं। तू 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 मान ना मान ये नोट तेन किसी अरबी ने दिता ही बेटा चुप हो जाओ नरगस ही गल झूठ बोल रही है दो दो महीने बाद लंदन जाती ना मीटर पिछे करा और सुना तुसी पूरा लार खजल होया मैं उसे क्या काम कर मैं तो करोड़ रुपये का नोट किसी को बताती भी नहीं हूँ। अच्छा कोई डंकुओं को बता दे कि डंकुओं के पास असला होता है। अच्छा हाँ ऐसे गोली शोली मार जाए। अच्छा तुम आई किधर है? मैं इधर आई हूँ लाहौर में ना अपनी शादी के लिए। मेरे पापा ने मुझे लाहौर में भेजा। मेरे पापा ने कहा जाके अपने लाड़े का टेस्ट ले लो। मैंने अपने पापा को बताया भी था टेस्ट ले लो। पीछे बटन ही है ना 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 पीछे बटन लगती है ना पर मर तू तो समझना लोगों ने साढ़े को नंबर मंगते रहना।
मैं सब तमीज के साथ बात करी तो जवाब बताओ पढ़ी लिखी लड़की मैंने एवें किया हुआ है वो भी सिंगल ने डबल एवें किया हुआ है डबल तो एवें नहीं किया तेनू किसी ने कराया फड़ फड़ के हां मेरे पास करोड़ रुपए का नोट है करोड़ रुपए का नोट तेरे पियो की मशीन से निकलता है तुझे क्या लगे जिस मर्जी मशीन से निकले मेरे पास तो है ना चंगीयां भलेयां सुनियारियां नु रेड़ियां लवातियां तुसी तो तू की है फर्नीचर वाला मसालिया साल बाद वो दादा साहब मसवाका वेचन दिया और मसवाक ते लिखा ये डबल बेड था तो ठीक है इसमें क्या मैंने कोई एक फसाया मैं शरीफ बच्ची भाई मैंने एक पीसीओ वाला भी फसाया आ पीसीओ वाला 5 साल बाद हुन मुंह ना लोका घर सुना देंदा ਤੁਹਾਡਾ ਟੈਲੀਫੋਨ ਆਉਣਾ ਸੀ ਅੱਜ ਹੜਤਾਲ ਹੋ ਗਈ ਐ ਜਿਹੜਾ ਟੇਸ਼ਨ ਹੈ ਜਿਹੜਾ ਟੇਸ਼ਨ ਦੇ ਨੰਗਾ ਨਹੀਂ ਲੇਟਿਆ ਹੁੰਦਾ ਉਹਦੀ ਕੱਪੜੇ ਦੀ ਮਿਲ ਸੀ ਪਹਿਲੀ ਆ 2 ਦਿਨਾਂ ਦਾ ਵਕਤ ਬੜੇ ਜੀ ਜਿੰਨੇ ਪੈਸੇ ਬੜੇ ਤੇਰੇ ਗੱਲੇ 'ਚ ਪਾ ਲਈ ਲਿਖ ਲਈ ये बड़ा शौक है इसको मैंने छोड़ी इसको आने ठीक ठाक हो मैं तो देखो आता लगाई मुझे तो क्या लगाना तुझे तेरे पास है क्या लगाने के लिए मेरे को 90 रुपये मैं ताड़ियां दोवां भैणां दे गुस्से च खुसरा घेर लेना थोड़ा जा काम कटना ते भाजी तू आई आ मेरे साथ आराम से नहीं मैं चार गाने अगला बहांदा नाले ताला रहंदा नहर ते खलोता सानू दस की चाहिए लै तेनू को दसा है कितना तुम छोके हो साडे पैसे जाली ने जाली क्या मतलब जितने पास तेरे पास पैसे है ना सारे 3 रुपए के आते हैं 3 रुपए नहीं तू हामी पर असल भी है किधर तेरे अब्बे दा यामा बेचिया जा काम कर अगला पैया चौके चलांदा सी हुन किथे ओ दस चाहिदा की आ हुन किथे ना तेरे पास के मुझे दे निकले है दस दस चल तू अच्छा बंदा है लाहौर में आई हूं पहली दफा मुझे गिफ्ट ही ले दे क्या लेना है एक टोपी वाला बुरखा ही ले दे बुरखा भी लेना ते टोपी वाला लेना ਆਜੀ ਕੋ ਪੱਲਿਆਂ ਵਾਲਾ ਲਵੋ ਇੱਕ ਚੁੱਕੋ ਦੂਜਾ ਚੁੱਕੋ ਥੱਲੇ ਮਰੂਦ ਖਾਂਦੀ ਰਹੇਗੀ ਉੱਤੋਂ ਵੈਣ ਪਾਉਂਦੀ ਰਹੇਗੀ ਤੁਝੇ ਕੀ ਤਕਲੀਫ ਹੈ ਮੈਂ ਜੋ ਮਰਦੀ ਫੁਰਕਾ ਪੈ ਲੂ ਹੈ ਫਿਰ ਕਰਾ ਆ ਜਾ ਸਾਲਿਆ ਇੱਧਰ ਆ ਧੀ ਦੀ ਵਸਾਈ ਚ ਬਹਿ ਕੇ ਸ਼ਰਾਬ ਪੀਣ ਵਾਲਿਆ ਓਏ ਇਹਦਾ ਕੀ ਹੈ ਇਹਦਾ ਕੀ ਹੈ ਬਹੁਤ ਚੇਕ ਤੋਂ ਸਾਈ ਕਰਦੇ ਆ ਦੁੱਧ ਵਾਲੇ ਭਾਂਡੇ ਚ ਸ਼ਰਾਬ ਵੇਚਦਾ ਫੜਿਆ ਗਿਆ ਪੁਲਿਸ ਵਾਲੇ ਨੇ ਕਿਹਾ ਕੀ ਕਹਿੰਦਾ ਦੁੱਧ ਉਹਨੇ ਕਿਹਾ ਸ਼ਰਾਬ ਆ ਕਹਿੰਦਾ ਮੈਨੂੰ ਤੇ ਨਹੀਂ ਪਤਾ ਮੱਝ ਨੇ ਨਾ ਪੀਤੀ ਹੋਵੇ ਸੁੱਤੇ ਮੈਂ ਪਿਓ ਦੀ ਧੌਣ ਵਰ ਦਿੱਤੀ ਮੈਂ ਕੋਈ ਕੀਤੇ ਕਿਤੇ ਸਵੇਰੇ ਉੱਠ ਕੇ ਲੱਭੇਗਾ ਹਾਂ ਇਹਨੇ ਸੁੱਤੇ ਪਏ ਇਹਨੇ फीने दी वारी रोना कोई नहीं बच्चा कोई नहीं खलोता ही 10 मिनट बाद पिछले कहने जो होना हो गया जवाना कराया तू देना ही ਤੁਹਾਡੀ ਵਜ੍ਹਾ ਨਾਲ ਇਹਨੇ ਮੈਨੂੰ ਜ਼ਲੀਲ ਕਰਾਇਆ ਮੇਰੀ ਵਜ੍ਹਾ ਸੀ ਕਹਿੰਦੇ ਸਾਊਦੀ ਅਰਬ ਗਿਆ ਕਹਿੰਦਾ 2 ਊਂਟ ਚਾਹੀਦੇ ਕਿੰਨੇ ਪੈਸੇ ਹੋਣੇ ਕਹਿੰਦਾ 2 ਕਰੋੜ ਰੁਪਈਆ ਕਹਿੰਦਾ ਨਰਗਸ ਪਿੱਛੇ ਨੱਚਦੇ ਨੇ ਇਸ ਦਾ ਤਾਂ ਬਾਜੂ ਨਹੀਂ ਜਾਇਆ ਆ ਇਹਦਾ ਜਾਇਜ਼ ਨਹੀਂ ਤੁਸੀਂ ਕਿਸੇ ਦਾ ਰਹਿਣ ਨਹੀਂ ਦਿੰਦੀਆਂ ਹੈਲੋ ਹੈਲੋ ਅਜਾ ਜਾ ਹੋਰ ਸੁਣਾ ਕੀ ਹਾਲ ਹੈ ਯਾਰ ਤੈਨੂੰ ਇੱਥੇ ਕਿਸੇ ਸ਼ਹਿਰ ਦੀ ਕਮੀ ਜਿਹੜੇ ਭੈਣ ਸਾਥ ਲਈ ਆ ਉਹ ਭੈਣ ਦੀ ਕਰਾਚੀ ਤੋਂ ਆਈ ਆ अच्छा कराची तो आई है करोड़ रुपए का नोट है मेरे पास मैं गरीब नहीं हूं करोड़ रुपए का नोट तूने पहले देखा नहीं मैं नहीं देखा किड्डा का होता है ले तुझे दिखाऊंगी मैं नहीं किड्डा का होता है मेरे पास है छुपाया हुआ कि तो ना सो नहीं खोल के नहीं देखा जब कटूंगी तो फिर देख लेना अच्छा ठीक है करोड़ का पता फिनिया हां तेनू करोड़ का पता ही नहीं सो आई देना मैं तो तमीज के साथ बात करनी मैं बताऊं अच्छा बस शोरी ना कर बोले तमीज में सुना सानू ਨਹੀਂ ਗੱਲ ਸੁਣੀ ਗੱਲ ਸੁਣ ਆਰਾਮ ਸੇ ਨਹੀਂ ਮੇਰੇ ਨਾਲ ਤੂੰ ਕਿਚੀ ਹੈ ਕਿਸੇ ਹੋਰ ਦੀ ਨਹੀਂ ਕਿ ਜਾ ਕਿਸੇ ਹੋਰ ਦਾ ਮੈਂ ਕਿਚੀ ਨੂੰ ਕਈਓ ਕੀ ਤੂੰ ਸ਼ਹਿਰੀਆਂ ਦੀ ਕਿਚੀ ਹੈ ਜਿਹੜਾ ਕੋ ਚੁੱਪ ਕਰਕੇ ਬਹਿ ਜਾਂਦੇ ਨੇ ਮੈਂ ਪੇਂਡੂ ਆਦਮੀ ਹੂਰਾ ਮਾਰ ਕੇ ਅੰਦਰਾਂ ਬਾਹਰ ਕੱਢ ਦੇਗਾ ਮੈਂ ਕੁਝ ਵੀ ਨਹੀਂ ਮਾਰੂ ਤੂੰ ਸਾਰਾ ਕੁਝ ਬਾਹਰ ਨਿਕਾਲ ਕੇ ਰੱਖ ਦੂੰ ਮੈਂ ਤੁਹਾਨੂੰ ਬੰਦ ਮੇਰੇ ਨਾਲ ਬਦਤਮੀਜ਼ੀ ਨਾ ਕਰੀ ਐਸੇ ਤੇ ਨਾ ਕਰੀ ਉਂਗਲੀ ਤੋੜ ਕੇ ਨਾ ਸਮਝ ਤੋੜ ਦੇ ਤੇਰੇ ਜੇਬ ਚ ਜਗ੍ਹਾ ਕੋਈ ਹੋਰ ਨਾ ਸਾ ਬਾਅਦ ਚ ਪਾਈਏ ਤੂੰ ਲੱਪੇ ਯਾਰ ਹੈਲੋ ਓਏ ਹਾਏ ਹਾਏ ਉਹ ਕੀ ਕਰ ਰਹੇ ਹੋ गल सुनो
ਪਹਿਲਾਂ ਜਾਣ ਦਿਓ ਇਹਦਾ ਲੜਾਈ ਦੀ ਕੀ ਵਿਆਹ ਜਾਣ ਦਿਓ ਲੜਾਈ ਇਸ ਦੇ ਉੱਪਰ ਮਰਦਾ ਨਾ ਨਾ ਲੜੀ ਕਰ ਵੇਖ ਜਿਹੜਾ ਹਜਾ ਹੈ ਨਹੀਂ ਕੁੜੀ ਹੋ ਕੇ ਮੈਂ ਤੇ ਆ ਗਿਆ ਯਾਰ ਪਰ ਮੈਂ ਦੰਦ ਕਰੋ ਹਲੋ ਹਲੋ ਹਾਏ ਹਾਏ ਕਿਉਂ ਲੜਦੇ ਹੋ ਸਾਡੇ ਸਾਡੇ ਉੱਤੇ ਬਾਗ ਜਾਣ ਦੀ ਉੱਤੇ ਪਾਗਲ ਹੋ ਗਿਆ ਤੂੰ ਨਾ ਛੱਡ ਸਾਲਿਆ ਨੌ ਕਰ ਮੈਨੂੰ ਬਚੇ ਨਹੀਂ ਮਦਦ ਤੂੰ ਨਹੀਂ ਆਉਂਦੇ ਓਏ ਤੁਹਾਡੀ ਲੜਾਈ ਮੁੱਕ ਜੇ ਤਾਂ ਮੈਨੂੰ ਦੱਸ ਦੇਣਾ ਇਹ ਹਾਲ ਉਹ ਉੱਠੀ ਇੱਥੋਂ ਇੱਥੇ ਤੇਰੀ ਜੰਨਤ ਦੀ ਮੈਂ ਦੋਜ਼ਖ ਦਾ ਗੇੜ ਲੱਭਣ ਡਿਆ ਲੜਾਈ ਲੜਿਆ ਹੀ ਔਰਤ ਨਾਲ ਲੜਦਾ ਸ਼ਰਮ ਨਹੀਂ ਆਉਂਦੀ ਉਹ ਤੋਂ ਇਹੋ ਜਿਹਾ ਮੁਨਸਬ ਸਾਲਾ ਉਸਕੋ ਛੋੜੀਏ ਕਿਤਨਾ ਚੋਖਾ ਕਹੀ ਜਾਣਾ ਛੋੜ ਦੋ ਕਿਉਂ ਹੋ ਗਿਆ ਮੈਨੂੰ ਵੀ ਛੱਡ ਦਿਓ ਉਹ ਲੜਾਈ 'ਚ ਮੈਨੂੰ ਮਾਫ਼ ਕਰ ਦੇ ਮੈਂ ਮੇਰਾ ਇੱਕ ਗੁਰਦਾ ਕੰਮ ਨਹੀਂ ਕਰਦਾ ਮੈਨੂੰ ਜਾਣ ਦਿਓ ਮੈਂ ਤੁਸੀਂ ਤੇ ਸਮਝਣਾ ਮੈਂ ਖੰਬੇ ਕਹਿੰਦੇ ਰਹਿਣਾ 35-36 ਤੂੰ ਦੇ ਕੀ ਹੋ ਗਿਆ ਤੁਝੇ ਉਹ ਨਹੀਂ ਆ ਮਾਨ ਨਾ ਮੈਂ ਬਾਹਰ ਘਬਰਾ ਕੇ ਟਾਂਗੇ ਨੂੰ ਨਾ ਗਈ ਜਾਂ ਨਕਸ਼ਾ ਮੈਨੂੰ ਕਿਉਂ ਮਾਰਿਆ ਤੁਝੇ ਮਾਨ ਨਾ ਨਹੀਂ ਮੈਂ ਇੰਨੇ ਜੋਗਾ ਨਹੀਂ ਮੈਂ ਪਰਸੋਂ 3 ਬੋਤਲਾਂ ਲਵਾਈਆਂ ਸ਼ਰਾਬ ਦੀਆਂ ਆਪਣੇ ਇਮਾਨ ਅੱਲਾ ਇੰਨਾ ਮੈਂ ਕੀਤਾ ਇਹੋ ਕਰਦੀ ਬਈ ਤੈਨੂੰ ਬਹੁਤਾ ਦੁੱਖ ਹੈ ਕੀ ਖਾਣਾ ਪੀਣਾ ਆਪਨੇ ਮੈਂ ਬਾਈ ਤੋਂ ਖਾਣਾ ਨਹੀਂ ਖਾਤੀ ਅੰਦਰਲਾ ਤੁਸੀਂ ਰਹਿਣ ਨਹੀਂ ਦਿੰਦੀਆਂ ਓਏ ਚੱਲ ਪਲਾਜ ਕਰ ਗੁਰਦੇ ਪੂਰੇ ਲਿਆ ਗੁਰਦੇ ਪੂਰੇ ਕੱਲ ਖਲਾਵਾਂਗੇ ਕਲੇਜੀ ਖਾ ਲੋ ਜਾ ਕੰਮ ਕਰ ਮੈਂ ਨਹੀਂ ਪਾਵੇ 4 ਪਾਵੇ ਲੈ ਆਵਾਂ ਨਾ ਨਾ ਮੈਂ ਨਹੀਂ 4 ਪਾਵੇ 2 ਹੀਆਂ 20 ਕਿਲੋ ਬਾਣ ਖਾਦੇ ਕੇ ਠੀਕ ਨਹੀਂ ਤੇ ਮੰਜੀ ਬਣਾ ਕੇ ਬੈਠੇ ਰਹਿਣਾ ਆਰਾਮ ਕਰੇ ਮੇਰੇ ਤੋਂ ਵੈਸੀ ਬਾਤ ਨਾ ਖਾਣਾ ਅੱਛਾ ਮੈਂ ਖੁਦ ਅਮੀਰ ਬਾਪ ਦੀ ਬੇਟੀ ਹਾਂ ਬੜੀ ਅਮੀਰ ਆ ਤੂੰ ਯਾਦਗਾਰ ਤੇ ਖੁੱਲੇ ਵੇ ਹੀ ਨਹੀਂ ਆ ਤੂੰ ਮੇਰੇ ਨਾਲ ਲੜੀ ਮਤਲਬ ਮੂੰਹ ਦੇ ਉੱਤੇ ਮੂੰਹ ਕੱਟ ਕੇ ਮਾਰਨਾ ਹੀ ਇਹ ਹੈ ਇਹ ਕੀ ਲੜਾਈ ਹੋਈ ਜਰਾ ਦੇਖ ਤੁਸੀਂ ਜਰਾ ਕੀ ਅੰਨੇ ਨੇ ਲੜਾਈ ਜੇ ਤੂੰ ਮਾਮੇ ਸਾਰੇ ਨੂੰ ਦੱਸ ਹਾਰ ਵੇ ਸਾਲੇ ਨੇ ਪਾ ਭੇਜ ਨਾੜਾ ਪੇ ਲਾੜਾ ਮੈਨੂੰ ਫੜਿਆ ਕੇ ਗਈ ਆ ਖਾਣਾ ਪੀਣਾ ਕਿ ਆਪਨੇ ਜੂਸ ਪੀ ਲਿਆ ਆਪ ਕਿਆ ਜੂਸ ਲਿਆ ਕਰਨੇ ਕੀ ਰੋ ਲਿਆ ਜੰਨੇ ਕੀ ਰੋ ਕਿਹੜਾ ਜੂਸ ਕੱਢ ਲਿਆਈ ਸਿੱਧੀ ਕੇ ਰੋ ਲਾਇਆ ਤੂੰ ਜਿੱਥੇ ਰੋ ਰਾਜ਼ੀ ਰੋ ਅਗਲੀ ਗੱਲ ਦੱਸ ਚੱਲ ਬਣਾਣਾ ਸ਼ੇਕ ਲਿਆ ਬਣਾਣਾ ਨਹੀਂ ਆਈ ਧੋਤੀਆਂ ਅਗਲੀ ਗੱਲ ਦੱਸ ਓਏ ਬਣਾਣਾ ਦਾ ਮਿਲਕ ਸ਼ੇਕ ਕਹਿ ਰਹੀ ਹੈ ਅੱਛਾ ਨਹੀਂ ਰਿਆ ਨਾ ਖਾਂਦਾ ਦੋ ਗਲਾਸ ਠੰਡੇ ਕਰਕੇ ਪਿਆ ਮੈਂ ਜੂਸ ਲਿਆ ਮੇਰੀ ਬਾਤ ਤੁਸੀਂ ਕੌਣ ਤਾਰਤ ਕਰਾਇਆ ਨਹੀਂ ਤੂੰ ਕੌਣ ਹੈ ਲਾਲਾ ਪੜ ਕੇ ਪੀੜਾ ਕਈ ਤੂੰ ਤਾਂ ਨਹੀਂ ਮੇਰਾ ਲਾਲਾ ਅਬ ਨਹੀਂ ਆਪਣਾ ਛੱਡ ਦੇ ਹਰ ਸ਼ਾਇਦ ਬੇੜਾ ਗਰਕ ਕਰ ਦੇਣੀ ਹੈ ਮੈਂ ਨਹੀਂ ਕਿਹਾ ਕਿ ਛੱਡ ਦੇ ਚੱਲ ਗੱਲ ਕਰ ਕੋਈ ਸ਼ਾਇਦ ਸਾਡੇ ਕੋਲ ਵੀ ਰਹਿਣ ਦੇ ਤੂੰ ਕੌਣ ਤੁਸੀਂ ਮੈਂ ਨਾ ਕੜਾਂਚੀ ਸੇ ਆਈ ਹਾਂ ਲਾਹੌਰ ਮੇ ਸ਼ਾਦੀ ਕਰਨੇ ਕੇ ਲਈ ਅੱਛਾ ਕੜਾਂਚੀ ਸੇ ਹਾਂ ਮੈਂ ਨਾ ਇਹ ਕਿਹੜਾ ਨਵਾਂ ਸ਼ਹਿਰ ਹੈ ਕੜਾਂਚੀ ਮੈਂ ਅਮੀਰ ਬਾਪ ਦੀ ਬੇਟੀ ਹਾਂ ਕਰੋੜ ਰੁਪਏ ਦਾ ਨੋਟ ਹੈ ਮੇਰੇ ਪਾਸ ਕਿੰਨੇ ਦਾ ਕਰੋੜ ਰੁਪਏ ਦਾ ਇਹ ਫਿਰ ਕਿਧਰੇ ਹੁਣ ਨਹੀਂ ਨਿਕਲੇ ਬਾਤ ਸੁਣ ਇਹ ਕਿਧਰੇ ਸਾਡੇ ਸੁੱਤੇ ਨਿਕਲੇ ਕਰੋੜ ਦਾ ਐਡਾ ਨੋਟ ਹੁੰਦਾ ਹਾਂ ਤੂੰ ਨਹੀਂ ਦੇਖਾ ਅੱਛਾ ਰਾਤੀ ਉੱਤੇ ਲੈ ਕੇ ਸੌਂ ਜਾਣੀ ਹੈ ਕਰੋੜ ਦਾ ਨੋਟ ਤਾਂ ਵੱਡਾ ਹੁੰਦਾ ਤੂੰ ਕਰੋੜਪਤੀ ਨਹੀਂ ਨਾ ਤੁਝੇ ਕੀ ਪਤਾ ਮੇਰੀ ਬਾਤ ਸੁਣ ਹਾਂ ਤੂੰ ਇਧਰ ਕਾ ਕਰਤਾ ਹੈ ਮੈਂ ਅੱਲਾ ਦੀ ਰਹਿਮ ਦੇ ਨਾਲ ਬਾਂਡੇ ਦੋਨਾ ਵੈਰੀ ਗੁੱਡ ਤੇਰੀ ਮੇਰੀ ਬਰੇਗੀ ਅੱਛਾ ਜੀ ਹਾਂ ਮੇਰੀ ਬਾਤ ਸੁਣ ਹਾਂ ਮੈਂ ਹੂੰ ਤਾਂ ਅਮੀਰ ਲੇਕਿਨ ਹੂੰ ਗਰੀਬ ਪੜਵਾ ਅੱਛਾ ਜੀ ਹਾਂ ਮੈਨੂੰ ਮਜ਼ਾ ਆਤਾ ਗਰੀਬੋ ਕੇ ਸਾਥ ਪੁੰਜੇ ਬੈਠ ਕੇ ਰੋਟੀ ਖਾਣੇ ਕਾ ਨਾ ਬਿਹਤਰੀਨ ਗੱਲ ਹੈ ਹਾਂ ਬੰਦੇ ਕੋ ਆਜਜ਼ ਹੋਣਾ ਚਾਹੀਏ ਬੜਾ ਜੀ ਮੇਰੀ ਬਾਤ ਸੁਣ ਤੇਰੇ ਪਾਸ ਕਿੰਨੇ ਪੈਸੇ ਹੈ 70 ਰੁਪਏ ਤੇਰੇ ਮੈਂ ਨਹੀਂ ਲਗਵਾਨੇ ਬੇਸ਼ੱਕ ਤੇਰਾ ਮਿਸ਼ਨ ਹੀ ਹੈ ਸਾਡੇ ਕੋ ਆਣਾ ਨਹੀਂ ਰਹਿਣ ਦੇਣਾ ਅਬ ਤੂੰ ਆ ਖੁਦ ਹੀ ਬਤਾ ਨਾ ਅਮੀਰ ਬੰਦੇ ਕੇ ਪਾਸ ਅਗਰ ਹੋ ਕਰੋੜ ਰੁਪਏ ਕਾ ਨੋਟ ਔਰ ਉਸਕਾ ਦਿਲ ਕਾਲਾ ਅਮਰੂਦ ਖਾਣੇ ਕੋ ਬੜੀ ਜ਼ਿਆਦਾ 10 ਰੁਪਏ ਕੇ ਅਮਰੂਦ ਕੀ ਖਾਤਰ ਕਰੋੜ ਰੁਪਏ ਕਾ ਨੋਟ ਤਾਂ ਨਹੀਂ ਨਾ ਤੁੜਾ ਬਿਲਕੁਲ ਠੀਕ ਅਗਲੇ ਕਰੋੜ ਦਾ ਨੋਟ ਦੇਵੇ ਉਹ ਕਰੋੜ ਮੁਲ ਗਾਲ ਕੱਢੇ ਕੋ ਹਾਂ ਜ਼ਲਾਲਤ ਹੀ ਹੋਈ ਨਾ ਮੇਰਾ ਦਿਲ ਕਾਲਾ ਅਮਰੂਦ ਖਾਣੇ ਕੋ ਮੈਂ ਲੈ ਆਉਣਾ ਜੀ 10 ਰੁਪਏ ਕੇ ਅਮਰੂਦ ਖਿਲਾ ਦੇ ਖਿਲਾ ਦੇ ਚਾਹੂੰ ਸੱਚੀ ਲੈ ਤਾਉ ਬਾਸ ਆ ਅਮਰੂਦ ਕਿਲੇ ਢਿੱਲੇ ਲੈਣੇ ਨਹੀਂ ਟੈਟ ਸਖਤ ਆ ਬੋਲੇ ਬੋਲੇ ਕੱਚੇ ਕੱਚੇ ਵਾਲੇ ਸਖਤ ਲੈ ਪੋਲੇ ਆਪੇ ਕਰ ਲੈ ਔਰ ਨਾ 20 ਰੁਪਏ ਕੀ ਨਾ ਇਮਲੀ ਲੈ ਆਈ ਇਮਲੀ ਕਿਹੜੀ ਖੱਟੀ ਹਾਂ ਹਾਂ ਅੱਛਾ ਹਾਂ ਅੱਲਾ ਹੂੰ ਆ 30 ਰੁਪਏ ਅੱਛਾ 30 ਰੁਪਏ ਲੱਗ ਗਿਆ ਨਾ 30 ਬਾਕੀ ਦੇ ਬਸ 40 ਰੁਪਏ ਰਹਿ ਗਏ ਉਹ ਕੱਲ ਵਾਸਤੇ ਛੱਡ ਦੇ ਇੱਕ ਬਰਗਰ ਵੀ ਨਹੀਂ ਆਈ ਆ ਬਰਗਰ ਕਿਹੜਾ ਆ ਨਹੀਂ ਅੱਛਾ ਫਿਰ ਤਾਂ ਉਹ ਮੈਡਮ ਆ ਗਏ ਨੇ ਮੈਨੂੰ ਪਤਾ ਹੀ ਨਹੀਂ ਲੱਗਾ ਓਏ ਤੂੰ ਮੇਰੇ ਸੇ ਪਹਿਲੇ ਆ ਗਈ ਮੈਂ ਦੇਖੋ ਜ਼ਰਾ ਮੇਰੀ ਨੌਕਰਾਨੀ ਹੈ ਉਹ ਤਾਂ ਜਹਾਜ਼ ਵੀ ਆ ਗਈ ਮੈਨੂੰ ਟ੍ਰੇਨ ਤੇ ਭੇਜਦੀ ਹੈ ਹਾਂ ਜ਼ਿਆਦੀ ਹੈ ਬੜੀ ਚਲਾਕ ਹੈ ਇਸकी ਸੇਤ ਵੀ ਨਾ ਜਾਈ ਬੇਸ਼ੱਕ ਮੈਨੂੰ ਸਾਰੇ ਦੇ ਕਰਤੂਤਾਂ ਦਾ ਪਤਾ ਹੈ ਹਾਂ ਇਹ ਮੂੰਹ ਜੋ ਹੈ ਢਿੱਡ ਕੋਈ ਹੈ ਤੇਰੇ ਤੋਂ ਜ਼ਿਆਦਾ ਕੌਣ ਜਾਣਦਾ ਹੈ ਨੂੰ ਅੱਗੇ ਚਾਰ ਚਾਰ ਰੋਟੀਆਂ ਪੋੜਦੀ ਹੈ ਮੈਂ ਦੇਲੇ ਫੋੜ ਫੋੜ ਦੇਖਦੀ ਰਹੀ ਮੈਨੂੰ ਦੇਦੀ ਨਹੀਂ ਖਾਣੇ ਕੇ ਲਈ ਬੜੀ ਸ਼ੌਕੀ ਹੈ ਮੇਰੇ ਚੋਰੀ ਚੋਰੀ ਕੱਪੜੇ ਪਹਿਨਦੀ ਹੈ ਹਾਂ ਆਪਣੇ ਇਮਾਨ ਨਾਲ ਦੱਸੇ ਦੇ ਕੱਪੜੇ ਮੈਨੂੰ ਆਂਦੇ ਨੇ ਆ ਬਾਜ ਤੇ ਸੱਚੀ ਕਸਮ ਉਠਾ ਰਿਆ ਨਹੀਂ ਆ ਜਾਂਦੇ ਆ ਫਿਗਰ ਹੋ ਗਿਆ ਇੱਕ ਜਿਹਾ ਹਾਂ ਸੱਚੀ
जी। हाँ जी मैं पता है सारा। हाँ। अच्छा मैं वो ले आऊँ। अच्छा इसके सामने ना बड़ी बड़ी छोड़नी, इसको नहीं बताना मैंने गरीबों वाली चीजें। चुप तुसी खलोवो, मैं तेरे लिए मैकडॉनल्ड दे अमरूद ले आना। चला गया इधर आए ना, नहीं तेरा शौक ही है चपेड़ा मार के मैं तेरा मुंह उधर कर देना। बदतमीज लड़की। बीबी जी मैं की कहता हूं? की मतलब तुसी मैंनू आपे ही कहा सी कि उते जाके उर्दू बोलनी उ लंबियां लंबियां छड़नियां। मैं इत्थे आके लंबियां लंबी मैं ना के मैं नहीं कीता है। लंबियां लंबियां छड़नियां सी, तू ते करोड़ दा नोट ही बनाता है। मैंनू की पता करोड़ दा नोट हुंदा कि नहीं हुंदा, तू मैंनू पहले दसणा सी। मेरी गल सुन। हां तू मेरी नौकरानी है ते नौकरानी रहो, ठीक है ना? मैं तेरी मालकन आ याद। तुसी मैंनू इत्थे मालकन बना के क्यों कर लिया? मेरा फैसले ही कि मेरा ब्याह होना है इस घर च, ते तू मेरे लिए मुंडा सिलेक्ट करना है। मैं ताडे लिए मुंडा सिलेक्ट करना है। आहो तू समझदार है ना, तू ओनू टेस्ट करना है मुंडे नू। आहो जे मैं ही टेस्ट करना है ते तानू इना काम कादे लिए सिखाया है? सीनियर सीनियर होंदा है, पुराना 100 दिन नवा 9 दिन। पर मैं ते तानू सारा हुनर देता हूं ना, तुसी अल्ट्रासाउंड कर लेंदे हो अखा अखा च। अल्हम्दुलिल्लाह, लेकिन तू तू ही है ठीक है ना? नहीं छोड़ दियो हुन ते तुसी दूरो वेख के दस देंदे हो इहदे कोल किन्ने पैसे होणगे। ते भाई ट्रेनिंग की नहीं है ऐवें ही थोड़ी ट्रेनिंग तानू दी। मेरी गल सुन, है गल किसे नू पता नहीं लगदा है भाई? वाने ड्रामे दी 500 दी टिकट खर्च लई है, इलाज ना कराई अपना। ती दा सिरप नहीं लिया है? ਮੇਰੀ ਗੱਲ ਸੁਣ, ਮੇਰੇ ਲਈ ਮੁੰਡਾ ਸਿਲੈਕਟ ਕਰਨਾ ਤੇ ਡੈਡੀ ਨੂੰ ਨਾ ਪਤਾ ਲੱਗੇ। ਕੋਈ ਕੋਈ ਨਹੀਂ, ਮੈਂ ਤੇ ਆਈ, ਮੈਂ ਤੇ ਐਂ ਤੇ ਸਾਰਿਆਂ ਦੇ ਟੈਸਟ ਲੈ ਕੇ ਇੱਥੇ ਮੈਂ ਨੌਕਰਾਨੀ ਆ ਤੇ ਤੂੰ ਮਾਲਕ ਹੈ ਕਿਸੇ ਨੂੰ ਪਤਾ ਨਹੀਂ ਲੱਗਾ? ਨਹੀਂ ਪਤਾ ਚੱਲਦਾ। ਮੈਂ ਤੇਰੇ ਉਹਨੂੰ ਮੁਗੇਤਰ ਨੂੰ ਬੁਲਾਣੀ ਆ। ਮੈਂ ਉਰਦੂ ਬੋਲਣੀ ਹੈ, ਦੱਸਣਾ ਨਾ ਕਿਸੇ ਨੂੰ ਕਿ ਮੈਂ ਕਰੋੜ ਦਾ ਜ਼ਿਕਰ ਨਹੀਂ ਕਰਨਾ। ਨਹੀਂ ਛੱਡੋ, ਐ ਲੰਮੀ ਲੰਮੀ ਛੱਡਣੀ ਚਾਹੀਦੀ। ਚੱਲ ਠੀਕ ਹੈ ਠਹਿਰਦਾ। ਮੈਂ ਗੂਬੇ ਗੂਬੇ ਮੇਰੀ ਗੱਲ ਸੁਣ। इस तरह ना करो, फिर मैं कुकड़ बन जाना है। माफ कर दियो बच्ची। इसको छुपा ले पागला। हैं? छुपा। किथे? अच्छा पीछे। इसको नहीं पटाना, तू इंग्लिश भी नहीं लेकर आया। ओ नहीं नहीं आ बर्गर भी। वही बर्गर लेकर आ, मैं टोटल खाना लेकर आई। अरे यार नुक्कड़ नहीं बना रहा। वो मुझे जरा बंदा फड़न लगे तो बिचू क्या चे फ्रोस करके निकल जाता है। ओ ना वो मुझे अच्छी लगती है, जल्दी लाए। ਉਹਦੇ ਸਾਹਮਣੇ ਫੇਰ ਮੇਰੀ ਬੇਇੱਜ਼ਤੀ ਕੀਤੀ। ਲੋਕ ਆ ਗੇਟ ਤੇ ਲੈ ਆ, ਮੈਂ ਤੈਨੂੰ ਖਵਾ ਦਿਆਂ। ਆ ਜਾ ਤੂੰ ਦਫਾ ਹੋ, ਚੱਲ ਚੱਲ ਘੋੜਿਆ। ਬੀਬੀ ਜੀ ਬੀਬੀ ਜੀ ਨੌਕਰ ਹੈ, ਨੂੰ ਮੂੰਹ ਨਹੀਂ ਲਾਣਾ ਠੀਕ ਹੈ ਨਾ? ਬੀਬੀ ਜੀ ਮੈਨੂੰ ਆਦਤ ਹੈ ਨੌਕਰਾਂ ਨੂੰ। ਐ ਮੰਗੇਤਰ ਆ ਗਿਆ ਨਾਲੇ ਚੋਪੜੀਆਂ ਨਾਲੇ ਦੋਏ ਦੋਏ। ਮੈਨੂੰ ਤਾਸ਼ ਹੀ ਦੇ ਦਿਓ, ਮੈਂ ਵਿੱਚੋਂ ਯੱਕੇ ਹੀ ਕੱਢੀ ਆਵਾਂ। ਬੜਾ ਤੈਨੂੰ ਸ਼ੌਕ ਹੈ ਯੱਕੇ ਕੱਢਣ ਦਾ ਯੱਕਾ। थोड़ी देर बाद फत्ती रखन दियो। नहीं ब्याह तो बाद। मैं तो सारी जिंदगी फोड़े वाली फद्दा रहा। वेखो तो सही, अल्लाह की कसम मच्छर ते वढ़न दा निशान नहीं। ਸਾਡੀਆਂ ਜਨਾਨੀਆਂ ਦੀ ਬਾਹਾਂ ਤੇ ਬਮੀਰੀ ਵਾਲਾ ਟੀਕੇ, ਉਹ ਇੰਜ ਲੱਗਦਾ ਜਿਵੇਂ ਪੱਕਾ ਪੈਂਚਰ ਲੱਗਾ ਹੈ। ਤੇ ਤੁਹਾਡੀਆਂ ਜਨਾਨੀਆਂ ਨੂੰ ਪੱਕਾ ਪੈਂਚਰ ਲਾਂਦਾ ਕੌਣ ਹੈ? ਉੱਥੇ ਜਿਹੜਾ ਕੀ ਹੈ, ਤੁਹਾਡੀਆਂ ਮੌਜਾਂ ਲੱਗੀਆਂ ਹੋਈਆਂ ਨੇ, ਤੁਹਾਨੂੰ ਸਹੂਲਤਾਂ ਨੇ, ਤੁਹਾਡੀ ਗੱਡੀ 'ਚ ਵੀ ਏਸੀ, ਤੁਹਾਡੇ ਹਾਲ ਵੀ ਏਸੀ, ਤੁਸੀਂ ਜਿੱਥੇ ਜਾਣਾ ਉੱਥੇ ਵੀ ਏਸੀ, ਮਾਰਕੀਟਾਂ 'ਚ ਏਸੀ ਲੱਗੇ ਨੇ। ਅਸੀਂ ਗਰੀਬ ਹਾਂ, ਸਾਡੇ ਘਰ ਇੱਕ ਪੱਖਾ, ਉਹਦੇ ਅੱਗੇ ਲੈਣ 'ਚ 13 ਮੰਜੀਆਂ ਡੱਠੀਆਂ ਆਉਂਦੀਆਂ ਨੇ। ਪੱਖਾ ਵੀ ਸਾਡਾ ਉਹ ਜਿਹੜਾ ਰਾਤੀ 7 ਵਜੇ ਇੱਥੇ ਆਉਂਦਾ, ਸਵੇਰ ਇੱਥੇ ਹੋਇਆ ਹੁੰਦਾ। ਅੰਮੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਖਾਣਾ ਤਿਆਰ ਹੈ। ਮੈਂ ਤਾਂ ਪਹਿਲਾਂ ਅਮਰੂਦ ਖਾਉਂਗੀ, ਬਾਅਦ ਵਿੱਚ ਆਉਂਗੀ ਤਾਂ ਮੈਂ ਤੁਹਾਨੂੰ ਬਤਾ ਦੂੰ। ਚਲੋ ਅਮਰੂਦ ਖਾ। ਮੈਂ ਤਾਂ ਅਮਰੂਦ ਖਾ ਰਹੇ। ਚਲ ਬੜਾ ਬੜਾ ਖਾ ਕੇ ਫਿਰ ਆਪੀ ਅੰਮੀ ਬਾਅਦ। ਮੇਰੇ ਨਾਲ ਸੁਣ, ਛੇੜੀ ਛੁੜੀ ਨਾ, ਇਹ ਤੇਰਾ ਵਿਆਹ ਹੋਣਾ ਹੈ। ਇਹਦੇ ਨਾਲ ਤੂੰ ਟੈਸਟ 'ਚ ਫੇਲ
मेरी बीवी हुई नाल मैनू दो गार्ड रखने पौने ने तेरे नाल ब्याह करना कि ने खाना खराबा जवान छड़ के गल कर हर चीज अच फड़ लेना उतर जाने आ खाना खराब दा पुत्र मैं ये चाहना मेनू वो बच्ची लब्बे जेड़ी स्क्रैच ना होई होवे कौन किथे सीना विखाया मेनू हस्पताल विखाया कहिंदा इत्थे एक्सरे लत गई इतवार नू चलदा है एक जुमेरात नू चलदा है घर केड़ा पासा चलदा है दोवें पास की मतलब है मैं करोड़पति हां मैनू मैं तेरे ते खुश हां मैं तेनू गड्डी लेके देनी फोर डब्ल्यू टू पेट्रोल पंप तू तेल पवाना कदी तेल पवाए तेनू नी पता तू घर ही नहीं हुंदा घर जाके बोलियो गड्डी लिया आओ जरा बंदा तपे बैठा ही पी तो करो पी कर पी पता लगे तू तेल पवाना है पी लम्मी पी सानू होश आवे ओ नहीं करनी ओ बत्तर सीटी वाली पौ आ पिछुआ पी ठीक है चाबी तो फदा चाबी किन्ने दा तेल 5 रुपए दा पा दे भी इत्थे पेट्रोल विकदा है सरों दा तेल नहीं मिलदा चाबी रहन दे तुसी डिगी अगे करो टैंकी कहना सी बगैर टैंकी भी ऑटोमेटिक सीट थले खुल जांदी चुप रहा पिछे हो क्यों वेपर ना मारा आओ जी चाबी 100 रुपए का पेट्रोल पा दियो पेट्रोल ही पाना है थोड़ा जा मोबाइल वाले भी सट दे भी है इंजन सही रहता चलो 100 दा टी पी पू टू टू और हैंडल तो फस दो जवाब दे जे तू सियाणा होया तो ठीक है की एक होवे हाथी हां पांच होवन केले हां ओ चार केले खा लवे एक केला ना खावे वजा केला पत्थर दा ठीक है एक होवे हाथी हां पांच होवन केले ओ पंजे केले ना खावे वजा पंजे ही पत्थर दे ने साले हाथी पत्थर दा हां अच्छा तू सियाणा है हां ए दस के ओ केड़ी चीज है जेड़ी चलदी भी बहुत है ते कसदी भी नहीं ए भरा है मेरा ए तेरी को घरेलू फैक्ट्री है केड़ी घरेलू फैक्ट्री सड़क ठीक है तू एक बंदे नु देवे बहन दा रिश्ता हां ओनु की सदसे बनवैया ते मेनू क्यों नहीं सद्दा आया
छोड़ दो तेल वाले से पूछा साइकिल पर जा रहा था, मैंने कहा भाई बात सुनो बात सुनो बात सुनो, उसने कहा भाई तेल वाला नहीं रुकता। यार वैसे जादूगर लग रहे हैं ऐ तो कबूतर से काट मेरी बीवी को कोई एमरजेंसी काम पड़ गया था, ऐनक तो साफ करके लानी सी। चल चल छड़ी पकड़े से कौन सा तेल लगा हुआ है? वेरी गुड भाई, इहो जे बंदे नूं पुछ लो ना काम की करदा, कख भी नहीं, रोटी खाना। सही बात है, पैसा इतना काम करने की क्या जरूरत है? बेगम तो नहीं आई तुम्हारी अम्मी, इधर ही आराम कर रही है। मैं तेनू तलाक दे देनी, मैं तेनू नहीं रखना, तू मेरे बने सिगरेट पी जानी सारे। नाश्ते दी गल कर रहा था, मैं डाका मारना है तुझे। कौन है? अपनी लड़ाई हाले नूह के खिलाफ साजिश होने ही है कोई। मैं कहना कलसूम चुक के लै जाने, जिन्हें तेरे वाकफ ने बंदे पिंड सारे लाए पुराने वाकफ ही लाया और भी फीने डॉक्टर होना साला सीमेंट लाया बगैर खोती ठंडी होंगी कुल्फियां ला लिया खोती ठंडी कुल्फियां तीन मंजिला बिल्डिंग ते रहिंदा सी। अच्छा ते अपने मुंडे ने जा रोटियां लै गया, मुंडा थले चला गया ते भूल गया मैं ते सालन दा क्या ही नहीं, अपने मुंडे ने बारी थण केंदा ओ सालन लै ए, उहने नहीं सुनिया, फिर उच केंदा ओ सालन लै ए, उहने नहीं सुनिया, नस के गया दूर भी लिया ला के केंदा ओए सालन लै ए। साले ने मोबाइल लिया बिल्ली वाली बैल भरा ली। अच्छा मोबाइल लिया बिल्ली वाली बैल भरा के सौ गया, रात दा टेलीफोन आया सुने ना सुता पे करी जाए साले बिल्ली वाली बैल सी। आजा यार बहुत टाइम हो गया, बिल्ली या मेरा औरतों का बड़ा बेड़ा कर कोने आड़ियां नहीं नचदियां स्टेज ते गंदे गाने करदी है ड्रामे च। हां अच्छा उन बड़ा मेनू उन्हां दे गुस्सा आई। क्यों? अच्छा नचदियां आपने। अच्छा उन्हां नूं कुछ नहीं हुंदा। अच्छा उन्हां दे पियोवां दे नक फीने हो जांदे ए बड़ी टेंशन नहीं। अस स्टेज वालीयां औरतों दी गल कर रहे हां, मैं फिल्म वाले दी देखिया कदे तू जॉगर पा के भजे फिरदे जॉगर
चार डाकू एक कुड़ी की इज्जत लुटन दे मामा कदी नहा भी लिया कर इन्हें कुत्ती पाली तीन दिन बाहर रही वापस आ गए पैर चट्टन दी कहना हुण मेरे अगे सची ना हो दुआ मंगन लगे कबर पुटन लग गया उन्होंने होया की कहना मेरा दसां दा नोट विच रह गया शुक्र अल्लाह दा चार पांच जनाजे रोज दे वेख लईदे पता नहीं लग रहा केड़ी किहदे नाल फसी हुई है अन्ने वाह बैठी ने पिछे वाह जी वाह बच्चियां ते थे जांदी नहीं हनेरी छापर आउंदे ने इंटरकूलर थले तेरी जेब च पाउंड यूरो ते डॉलर होन तेरे नाल चार गार्ड होने जो लोग तेन सलूट मारन दे होन की तेरी इज्जत होवे इहदे खातर करना की पैणा बस बाहर मेरे वास्ते बंदे लैके आ रहे ने और नहीं एक बंदा तो मैं समझा मेनू टीपू सुल्तान बना रही है ये तो मेनू हुण पता लगा तू मेनू मामा मुद्दा बनाई जानी है रौला पा देना कसम चुकी है सानू भरा बनाउन टुरियां ने शकल ही रल दी है ना प्रोग्राम ते नहीं ना रल दे ओ भी रल जाने ब्याह ताडा मेरा दुल्हन जानू मेनू पता ही नहीं ब्याह होंदा है ए दूल्हा की होंदा है मेनू दसो लाड़े दा नहीं पता नहीं ओ पहले दिन नहीं कमरे च एक बंदा कहंदा आके आपसे शादी हुई उसी सिलसिले में हाजिर हुआ हूं होर ओ मीटर कटण वाला नहीं होंदा ओए होई होना अच्छा मेनू दसो सलामी 10000 तो घट नहीं 1 रुपया लेना ओके कोई बंदा कहे ताडे खावां दा दोस्त 1000 घट कर लो कहना जी ओदी चिट बना लियो कहना छोले लक्ष्मी चलांगे लक्ष्मी अपना मकसूद भाण को चलांगे ठीक है नाश्ता कर लांगे ठीक हो गया ठीक ते हुण की तेरा मेरा ब्याह डन 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 चलो जी कार्ड वंड दियो 2500-3000 दा बंदे दा इंतजाम करांगे ठीक है 100 देव करनी मैं 4 कोरमे दियां 5 बिरयानी दियां ते 95 देगा पानी दियां पानी इन्ना पियाइए लोकी फड़फड़ कहन चाचा जी इक चौलां दी बुरकी दियो संग च पानी फस गया
और आलू शोरा इन्ना के करिए देख चे कि सियाने कहन भाई शोरा ते इन्ने वाह कीता जे आलू नु हथ ना पैंदा मैं जा पैना सी काम 30 ते रखना है ठीक है तेरा खर्चा कट होएगा लुटन मीट हलाल तो ना ठीक है ओके ओके चल मैं हुन अंदर चला मेनू पता मेरी बुड्ढी नचण वाली